ਹਾਜ਼ਰ ਹੈ ਚੰਚੀ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਚੜ੍ਹਦੀ ਕਲਾ ਟਾਣਾ ਸਾਹਿਬ ਆਵਾਜ਼ ਹਜੇ ਵੀ ਉਹ ੱਕਗੀ ਜੀ ਬਣੀ ਹੋਈ ਹੈ ਕੀ ਸਹੀ ਗੱਲ ਆ ਬੰਸਰੀ ਜੀ ਵੱਜਦੀ ਆਵਾਜ਼ ਦੇ ਵਿੱਚ ਨਾ ਪਤਾ ਨਹੀਂ ਕਿਉਂ ਸਵੇਰੇ ਤਾਂ ਤਿੰਨ ਚਾਰ ਤਰ੍ਹਾਂ ਦੀ ਆਵਾਜ਼ਾਂ ਨਿਕਲਣ ਮੈਂ ਕ ਮੈਂ ਕਿਹੜਾ ਮਿਲਨ ਸਿੰਘ ਦਾ ਝੂਠਾ ਖਾ ਲਿਆ ਵਾਕੀ ਅਜੀਬੋ ਗਰੀਬ ਜੀਆਂ ਆਵਾਜ਼ਾਂ ਨਿਕਲ ਆਪ ਦੇ ਆਪ ਨੂੰ ਸ਼ਰਮੰਜੀ ਆਵੇ ਮੈਂ ਕੀ ਬੋਲੀ ਜਾਨਾ ਹੂੰ ਤੇ ਹਟਦਾ ਹੀ ਨਹੀਂ ਗੱਲ ਸਾਹ ਲੈਂਦਿਆਂ ਵੀ ਨਾ ਅੰਦਰੋਂ ਆਵਾਜ਼ਾਂ ਜੀਆਂ ਆਉਂਦੀਆਂ ਹਾਂ ਪੀਪਣੀ ਜੀ ਵੱਜਦੀ ਆ ਹਾਂ ਹਨਾ ਸੀਟੀ ਜੀ ਨਿਕਲਦੀ ਆ ਅੰਦਰੋਂ ਪਰ ਚਲੋ ਕੀ ਕਹਿ ਸਾਦੇ ਬਿਮਾਰ ਹੋ ਕੇ ਹਟੇ ਆ ਤੇ ਹਲੇ ਹੌਲੀ 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 ਠੀਕ ਹੋ ਬਣ ਮੈਂ ਤਾਂ ਹੋ ਗਿਆ ਸੀ ਠੀਕ ਪਤਾ ਨਹੀਂ ਕੀ ਗੱਲ ਬਣ ਗਈ ਫੇਰ ਛੁੱਟੀ ਚਾਏ ਹੋ ਗਿਆ ਤੁਸੀਂ ਕਾਲੀ ਕਾਫੀ ਚ ਕਿਤੇ ਨਿੰਬੂ ਪਾ ਕੇ ਪੀਤਾ ਮੈਂ ਪਾਏ ਨੀ ਤੰਦੜ ਹੋ ਗਿਆ ਮੈਂ ਨਿੰਬੂ ਨਹੀਂ ਪੀਤਾ ਅੱਛਾ ਫੇਰ ਵੀ ਆਏ ਆ ਅੱਜ ਤੜਕੇ ਵੀ ਨਹੀਂ ਪੀਤਾ ਮੈਨੂੰ ਤਾਂ ਸਵੇਰੇ ਆਉਂਦੇ ਹੀ ਪਤਾ ਲੱਗਿਆ ਕਿ ਇਹਨੇ ਨਿੰਬੂ ਪਾ ਕੇ ਪੀਤਾ ਜਿਨ੍ਹਾਂ ਨੇ ਵੀ ਤੁਹਾਨੂੰ ਦੱਸਿਆ ਨਾ ਹਾਂਜੀ ਉਹਨੂੰ ਕਹੋ ਵੀ ਸੌ ਪਾਲਾ ਵੱਡੇ ਮਹਾਰਾਜ ਦੀ ਹੈ ਹਾਂ ਚਲੋ ਮੰਨ ਲੈਨੇ ਤੁਸੀਂ ਨਾ ਪੀਤਾ ਹੋਊਗਾ ਪਰ ਤੁਹਾਨੂੰ ਹਾਲੇ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਦੀ ਲੋੜ ਹੈ ਸਰੀਰ ਫੇਰ ਟੁੱਟੀ ਜਾਂਦਾ ਹੂੰ ਤੇ ਪਤਾ ਨਹੀਂ ਜਿਹਨੂੰ ਵੀ ਪੁੱਛਦੇ ਆ ਬਾਈ ਜੀ ਕਿਵੇਂ ਕਹਿੰਦਾ ਬੁਖਾਰ ਚੜਿਆ ਹਾਂਜੀ ਜਿਹੜਾ ਵੀ ਬੰਦਾ ਫੋਨ ਕਰਦਾ ਤੂੰ ਕਿਵੇਂ ਮੈਂ ਕਹਿੰਦਾ ਠੀਕ ਆ ਮੈਨੂੰ ਤਾਂ ਬੁਖਾਰ ਚੜਿਆ ਮੈਂ ਕਹਿੰਦਾ ਮੈਨੂੰ ਵੀ ਚੜਿਆ ਮੈਂ ਦੱਸਦਾ ਨਹੀਂ ਹਾਂ ਸਾਰੇ ਪਾਸੇ ਆਹੀ ਹਾਲਾਤ ਹੈ ਭਾਈ ਬਚਾ ਕਰੋ ਆਪਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਾਂ ਆ ਮੀ ਵਿੱਚ ਹੀ ਪੈਣ ਲੱਗ ਜਾਂਦਾ ਹੈ ਵਿੱਚ ਹੀ ਬੰਦ ਹੋ ਜਾਂਦਾ ਹੈ ਫਿਰ ਪੈਣ ਲੱਗ ਜਾਂਦਾ ਫਿਰ ਬੰਦ ਹੋ ਜਾਂਦਾ ਹੈ ਕਦੇ ਬੰਦਾ ਭੇਜ ਜਾਂਦਾ ਹੈ ਕਦੇ ਫਿਰ ਠੀਕ ਹੋ ਜਾਂਦਾ ਹੈ ਕਦੇ ਏਸੀ ਚ ਚੱਲ ਜਾਂਦਾ ਉਹਦੇ ਕਰਕੇ ਵੀ ਬਹੁਤ ਕੁਝ ਹੁੰਦਾ ਪਿਆ ਟਣਾ ਸਾ ਜਿਹੜੇ ਵੀ ਸਜਣਾ ਨੂੰ ਗਲ ਖਰਾਬ ਆ ਬੁਖਾਰ ਚੜਿਆ ਉਹ ਭਾਈ ਗਰਮ ਪਾਣੀ ਪੀਣ ਵੱਧ ਤੋਂ ਵੱਧ ਗਰਮ ਪਾਣੀ ਪੀਓ ਤੇ ਡਾਕਟਰ ਤੋਂ ਚੰਗੇ ਤੋਂ ਦਵਾਈ ਲਓ ਭਾਫ ਲਓ ਭਾਫ ਵੀ ਲੈ ਲਓ ਤੇ ਬਸ ਨਾ ਪਤਾ ਨਹੀਂ ਕਿ ਖਰਾੜਾ ਜੰਮ ਗਿਆ ਇੱਥੇ ਮੇਰੇ ਤਾਂ ਤੇ ਜਿੰਨੇ ਖੜੇ ਮਸਾਲੇ ਹੁੰਦੇ ਨੇ ਨਾ ਟਾਣਾ ਸਾਹਿਬ ਉਹਦਾ ਕਾੜਾ ਬਣਾ ਕੇ ਪੀਓ ਅੱਛਾ ਮੈਂ ਪੀਤਾ ਦੋ ਤਿੰਨ ਵਾਰ ਤੇ ਉਹਦੇ ਨਾਲ ਥੋੜਾ ਫਰਕ ਆ ਚਲੋ ਬਹੁਤ ਵਧੀਆ ਗੱਲ ਆ ਜੀ ਜਿਵੇਂ ਦਾਲ ਚੀਨੀ ਕਾਲੀ ਮਿਰਚ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਹਾਂ ਹੈ ਜੀ ਜੀਰਾ ਟਾਣਾ ਸਾਹਿਬ ਇਹ ਥੋੜਿਆ ਵੀ ਜਿੰਨੇ ਘਰ ਦੇ ਵਿੱਚ ਮਸਾਲੇ ਤੜਕਾ ਥੋੜੀ ਲਾਉਣਾ ਉੱਥੇ ਕਾਵੇ ਨੂੰ ਤੇ ਜੀਰਾ ਤੁਸੀਂ ਆਪੇ ਆਖਾਵੇ ਖੜੇ ਮਸਾਲੇ ਜਾਂ ਉਹਦੇ ਮਸਾਲੇ ਓਹੋ ਜਿਉਂਦੇ ਕਦੋਂ ਕਿਹਾ ਮੈਂ ਖੜੇ ਕਿਆ ਮਤਲਬ ਮਲੱਠੀ ਪਾ ਲੋ ਦਾਲ ਚੀਨੀ ਪਾ ਲੋ ਕਾਲੀ ਮਿਰਚ ਪਾ ਲੋ ਛਾਦ ਪਾ ਲੋ ਇਹ ਕਾੜਾ ਬਣਾ ਕੇ ਉਹ ਪੀਓ ਉਹਦੇ ਨਾਲ ਤੁਸੀਂ ਅਦਰਕ ਦਾ ਰਸ ਪਾ ਸਕਦੇ ਹੋ ਵਿੱਚ ਤુલਸੀ ਪਾਓ ਇਹਦੇ ਨਾਲ ਤੁਹਾਨੂੰ ਬਹੁਤ ਗਲੇ ਨੂੰ ਫਾਇਦਾ ਹੁੰਦਾ ਚਲੋ ਠੀਕ ਹੈ ਜੀ ਤੇ ਆਪਾਂ ਹੁਣ ਮੌਸਮ ਦੀ ਹਾਲ ਬਿਆਨ ਕਰੀਏ ਮੌਸਮ ਪੰਜਾਬ ਦਾ ਭਾਈ ਬਹੁਤ ਮੀਂਹ ਆਲਾ ਵੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪਈ ਜਾਂਦਾ ਜੀ ਮੈਂ ਜਾ ਕੇ ਆਇਆ ਜੀ ਸਮਰਾਲੇ ਹੂੰ ਲੰਘੇ ਕੱਲ ਐਤਵਾਰ ਨੂੰ ਤੇ ਜਿਉਂ ਜਲੰਧਰੋਂ ਮੀਂਹ ਸ਼ੁਰੂ ਹੋਇਆ ਤੇ ਸਮਰਾਲੇ ਤੱਕ ਮੀਂਹ ਹੀ ਪਈ ਆ। ਓਹੋ ਮੀਂਹ ਕਹਵੇ ਵੀ ਤੁਸੀਂ ਜਾਓਂਗੇ ਕਿਵੇਂ ਅੱਗੇ? ਅਸੀਂ ਆਖੇਸ ਤਾਂ ਜਾਵਾਂਗੇ ਅੱਗੇ। ਅੱਛਾ ਜੀ। ਉਹ ਕਹਵੇ ਤੁਸੀਂ ਕਿਵੇਂ ਜਾਓਂਗੇ ਅੱਗੇ? ਅਸੀਂ ਕਿ ਜਾਵਾਂਗੇ ਅੱਗੇ? ਮਤਲਬ ਵਟ ਕੱਢੇ ਪਏ ਸੀ ਮੀਂਹ ਦੇ। ਅੱਛਾ ਜੀ। ਹਾਂ, ਗੱਡੀ ਦੇ ਟਾਇਰ ਵਿੱਚ ਭਿੱਜਦੇ ਸੀਗੇ। ਨਹੀਂ ਤੇ ਭੇਜਣਗੇ ਮੀਂਹ। ਮੈਨੂੰ ਪਾਣੀ ਇੰਨਾ ਖੜਾ ਸੀ। ਅੱਛਾ ਜੀ, ਐਦਾਂ ਕਹੋ ਨਾ ਤੁਸੀਂ ਕਿ ਟਾਇਰ ਭੇਜਦੇ ਸੀ ਤੇ ਮੀਂਹ ਨਾਲ ਟਾਇਰ ਤਾਂ ਭਿੱਜਣਗੇ ਹੀ ਟਾਣਾ ਸਾਹਿਬ। ਕੀ ਹੋ ਗਿਆ ਤੁਹਾਨੂੰ ਮੈਂ ਬਸ ਠੀਕ ਹਾਂ ਤਾਰੂ ਕਾੜੇ ਦੀ ਲੋੜ ਹੈ ਮੈਂ ਕਾੜਾ ਤਾਂ ਪੀਊਂਗਾ ਮੈਂ ਸਿਰ ਠੀਕ ਨਹੀਂ ਕੀ ਬੇਰੀ ਚਲੋ ਕੋਈ ਗੱਲ ਨਹੀਂ ਅੱਬਾ ਹੁਣ ਚਾਹ ਦੇ ਵਿਚਾਰ ਤੇ ਆਈਏ ਹਾਂ ਬਲਕਿ ਇਹ ਹੈ ਜਿ ਕਿਉ ਦੇ 24 ਘੰਟਿਆਂ ਚ ਮੀਂਹ ਫੇਰ ਪੈਣਾ ਅੱਛਾ ਜੀ ਤੇ ਪੰਜਾਬ ਦੇ ਵਿੱਚ ਨੀਵੇਂ ਇਲਾਕੇ ਜਿਹੜੇ ਡੁੱਬੇ ਪਏ ਆ ਤੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਲੰਬੀ ਦੇ ਵਿੱਚ ਜਾ ਕੇ ਪਿੰਡਾਂ ਦਾ ਜਾਇਦਾ ਲੈ ਕੇ ਆਏ ਆ ਉਹ ਕਹਿੰਦੇ ਵੀ 30000 ਰੁਪਇਆ ਏਕੜ ਦੇਵੇ ਭਗਵੰਤ ਮਾਨ ਸਰਕਾਰ ਕਿਸਾਨਾਂ ਨੂੰ ਤੇ ਉਧਰ ਭਗਵੰਤ ਮਾਨ ਹੋ ਰਹੀਆਂ ਜਿਹੜੇ ਉੱਡੜ ਖਟੋਲੇ ਰਾਹੀ ਕੁਛ ਦਿਨ ਪਹਿਲਾਂ ਜਾ ਕੇ ਆਏ ਆ ਉਹ ਕਹਿੰਦੇ ਵੀ ਭਾਈ ਅਸੀਂ ਗਰਦੌਰੀਆਂ ਕਰਾਵਾਂਗੇ ਚੱਪੇ-ਚੱਪੇ ਦੀ ਗਰਦੌਰੀ ਕਰਾਵਾਂਗੇ ਤੇ ਕਿਸਾਨਾਂ ਦੀ ਮਦਦ ਕਰਾਂ ਬਹੁਤ ਮਦਦ ਕਰਨੀ ਵੀ ਚਾਹੀਦੀ ਹੈ ਜਿਹੜੇ ਵੀ ਲੋਕਾਂ ਦੀਆਂ ਛੱਤਾਂ ਡਿੱਗੀਆਂ ਤੇ ਭਾਈ ਉਹਨਾਂ ਨੇ ਮਦਦ ਕਰੋ ਬਿਲਕੁਲ ਕਰੋ ਤੇ ਹੁਣ ਚਾਹੀਦਾ ਵਿਚਾਰ ਦੀ ਸਾਂਝ ਪਾਉਣਾ ਚਾਜਰਾ ਵਿਚਾਰ ਇਹ ਜੀ ਕਿ ਇੱਜ਼ਤ ਵਕਤ ਤੇ ਭਰੋਸਾ ਤਿੰਨ ਇਹੋ ਜੇ ਪਰਿੰਦੇ ਆ ਜੇਕਰ ਇਹ ਇੱਕ ਵਾਰ ਖੰਭ ਲਾ ਕੇ ਉੱਡ ਜਾਣ ਤਾਂ ਫੇਰ ਕਦੇ ਵਾਪਸ ਨਹੀਂ ਆਉਂਦੇ ਵਾਹ ਵਾਹ ਇੱਜ਼ਤ ਵਕਤ ਤੇ ਭਰੋਸਾ ਵਾਹ ਸੋ ਵਕਤ ਦੀ ਕਦਰ ਕਰੋ ਜਿਹੜਾ ਨਿਕਲ ਗਿਆ ਵਕਤ ਉਹ ਕਦੇ ਵਾਪਸ ਨਹੀਂ ਆਉਂਦਾ ਜੇ ਇੱਜ਼ਤ ਖੁਸ਼ਗੀ ਤਾਂ ਇਹ ਕਦੇ ਵਾਪਸ ਨਹੀਂ ਆਉਂਦੀ ਤੇ ਭਰੋਸਾ ਜੇਕਰ ਤੁਹਾਡਾ ਟੁੱਟ ਗਿਆ ਤਾਂ ਕਦੇ ਵਾਪਸ ਇਹ ਵੀ ਨਹੀਂ ਆਉਂਦਾ ਇਸ ਕਰਕੇ ਭਾਈ ਇਹਨਾਂ ਤਿੰਨਾਂ ਚੀਜ਼ਾਂ ਦਾ ਬੜਾ ਖਿਆਲ ਰੱਖੋ ਜੀ ਕਈ ਬੰਦੇ ਕਹਿ ਦਿੰਦੇ ਕੋਈ ਗੱਲ ਨਹੀਂ ਇੱਜ਼ਤ ਦਾ ਕੀ ਤਾਂ ਵੱਧੀ ਘਟਦੀ ਰਹਿੰਦੀ ਹੈ ਇਉਂ ਨਹੀਂ ਹੁੰਦਾ ਭਰੋਸਾ ਬਣ ਜਾਊਗਾ ਫੇਰ ਉਹ ਬਣ ਭਾਵੇਂ ਜਾਵੇ ਪਰ ਉਦਾਂ ਵਾਲੀ ਗੱਲ ਨਹੀਂ ਬਣਦੀ ਜਿਹੜੀ ਪਹਿਲਾਂ ਹੋਵੇ ਤੇ ਸਮਾਂ ਤਾਂ ਭਾਵੇਂ ਹਰ ਰੋਜ਼ ਹਰ ਪਲ ਹਰ ਸੈਕਿੰਡ ਹਰ ਮਿੰਟ ਬੀਤਦਾ ਪਰ ਇਹ ਅਭੀ ਜਿਹੜਾ ਅੱਜ ਨਿਕਲ ਗਿਆ ਇਹ ਵਾਪਸ ਨਹੀਂ ਆਉਣਾ ਜੀ ਬਿਲਕੁਲ ਡੇਢ ਕੱਲ ਨੂੰ ਵੀ ਚੜਨਾ ਇਸੇ ਸਮੇਂ ਵਿੱਚ ਲਈ ਕੱਲ ਨੂੰ ਆਪਾਂ ਫੇਰ ਨਿਕਲਣਾ ਪਰ ਅੱਜ ਵਾਲੀ ਗੱਲ ਨਹੀਂ ਬਣਨੀ ਹਰ ਇੱਕ ਪਲ ਨੂੰ ਜਿਉਣਾ ਆਉਣਾ ਚਾਹੀਦਾ ਹਰ ਇੱਕ ਪਲ ਨੂੰ ਜਿਉਣਾ ਸਿੱਖੋ ਤੇ ਜਿਉਣਾ ਚਾਹੀਦਾ ਵੀ ਹੈ ਕਿਉਂਕਿ ਇੱਕ ਵਾਰ ਨਿਕਲ ਗਿਆ ਕਦੇ ਦੁਬਾਰਾ ਹੱਥ ਨਹੀਂ ਆਉਣਾ ਜੀ ਜੀ ਸੋ ਖੈਰ ਹੁਣ ਮੇਰੇ ਵਾਲਾ ਚਾਹਦਾ ਵਿਚਾਰ ਕਹਿੰਦੇ ਖੁਦ ਨੂੰ ਇੰਨਾ ਕਮਜ਼ੋਰ ਵੀ ਨਾ ਬਣਾਓ ਹੂੰ ਖੁਦ ਨੂੰ ਇੰਨਾ ਕਮਜ਼ੋਰ ਵੀ ਨਾ ਬਣਾਓ ਕਿ ਕਿਸੇ ਦੇ ਅਹਸਾਨਾ ਥੱਲੇ ਦੱਬੇ ਜਾ ਹਾਂ ਇੰਨੇ ਹੀ ਸੀ ਬਸ ਇੰਨੇ ਹੀ ਸੀ ਖੁਦ ਨੂੰ ਇੰਨਾ ਕਮਜ਼ੋਰ ਵੀ ਨਾ ਬਣਾਓ ਕਿ ਕਿਸੇ ਦੇ एहसानਾਂ ਨਾਲ ਦੱਬੇ ਜਾਓ ਜੀ ਤੇ ਆਪਦੇ ਆਪ ਹੀ ਪੈਰਾਂ 'ਤੇ ਖੜੇ ਹੋਵੋ ਹਾਂ ਤੇ ਨੇ ਤਾਂ ਬੰਦੇ ਕਹਿੰਦੇ ਬਸ ਇੰਨੇ ਹੀ ਸੀ ਜੀ ਠੀਕ ਹੈ ਨਾ ਡੈਣਾ ਸਾਹਿਬ ਇਹ ਗੱਲ ਪੂਰੀ ਆਪਣੇ ਆਪ ਦੇ ਵਿੱਚ ਕੰਪਲੀਟ ਆ ਪੂਰੀ ਆ ਸੰਪੂਰਨ ਆ ਮਕਮਲ ਮਕਮਲ ਆ ਕਿ ਆਪਰੇ ਆਪ ਨੂੰ ਕਦੇ ਨਾ ਕਮਜ਼ੋਰ ਨਾ ਮਹਿਸੂਸ ਕਰੋ ਬੰਦੇ ਨੂੰ ਇਹ ਲੱਗਦਾ ਨਹੀਂ ਮੇਰੇ ਤੋਂ ਕਿੱਥੇ ਹੋਣਾ ਮੈਂ ਕਿੱਥੇ ਕਰ ਸਕਦਾ ਮੈਂ ਤੇ ਮੈਂ ਤਾਂ ਹੀ ਕਰ ਹੀ ਨਹੀਂ ਸਕੂਗਾ ਮੈਂ ਕਦੇ ਵੀ ਨਹੀਂ ਇਹ ਸੋਚਿਆ ਮੇਰੀ ਕਿਸਮਤ ਹੀ ਹੈ ਨਹੀਂ ਹੈਨਾ ਇਹ ਚੀਜ਼ਾਂ ਸੋਚ ਕੇ ਤੁਸੀਂ ਆਪਣੇ ਉਹਨੂੰ ਪਹਿਲਾਂ ਹੀ ਦੇਖ ਲਿਆ ਤੇ ਤੁਸੀਂ ਫਿਰ ਕਿਸੇ ਨਾ ਕਿਸੇ ਦੇ ਅਹਾਨ ਥੱਲੇ ਤਾਂ ਦੱਬੇ ਹੀ ਜਾਓਗੇ ਨਾ ਇਸ ਲਈ ਹਮੇਸ਼ਾ ਇਹ ਸੋਚੋ ਮੈਂ ਕਰ ਸਕਦਾ ਮੇਰੇ ਤੋਂ ਇਹ ਹੋ ਸਕਦਾ ਕੋਈ ਨਹੀਂ ਹਰ ਚੀਜ਼ ਪਹਿਲੀ ਵਾਰ ਕਰਨੀ ਪੈਂਦੀ ਹੈ ਮਤਲਬ ਇਹ ਅਭੀ ਹੌਸਲਾ ਬੁਲੰਦ ਰੱਖੋ ਜੀ ਤੇ ਮਰੂ ਮਰੂ ਨਾ ਕਰੋ ਡਟੇ ਰਹੋ ਤੇ ਹੌਸਲਾ ਬਿਲਕੁਲ ਨਾ ਹਾਰੋ ਜੀ ਹਥਿਆਰ ਨਾ ਸੁਟੋ ਵੀ ਭਾਈ ਮੈਂ ਨਹੀਂ ਕੁਝ ਕਰ ਸਕਦਾਗਾ ਬਸ ਇਹ ਤਾਂ ਹੁਣ ਮਹਾਰਾਜ ਹੀ ਜਾਣਦਾ ਠੀਕ ਆ ਮਹਾਰਾਜ ਵੀ ਮਦਦ ਤਾਂ ਕਰੂਗਾ ਜੇ ਮਾੜਾ ਮੋਟਾ ਹਿੱਲੋਂਗੇ ਹੁਣ ਮਹਾਰਾਜ ਨੇ ਚੱਕ ਕੇ ਪਹਿਲਾਂ ਤੁਹਾਨੂੰ ਇਹ ਨਹੀਂ ਕਹਿਣਾ ਵੀ ਭਾਈ ਮੰਜੇ ਤੋਂ ਉੱਤਰ ਭਾਈ ਫਿਰ ਮੈਂ ਉਂਗਲ ਫੜ ਕੇ ਤੇ ਘਰੋਂ ਬਾਹਰ ਲੈ ਕੇ ਜਾਣਾ ਸੋ ਇਹ ਆ ਵੀ ਭਾਈ ਮਿਹਨਤ ਕਰੋ ਤੇ ਗੱਲ ਬਣ ਜੂਗੀ ਹੂੰ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾ ਅਰਮਨ ਜੀ ਅੱਜ ਤਾਂ ਮੇਰੇ ਹਾਲਾਤ ਇਹੋ ਜਿਹੇ ਆ ਵੀ ਕੋਈ ਮੈਨੂੰ ਇਹ ਕੱਲ ਕਵੇ ਨਾ ਵੀ ਇੱਥੇ ਸੌ ਕੇ ਦਿਖਾ ਹੂੰ ਤੇ ਮੈਂ ਕਹੂੰਗਾ ਠੀਕ ਆ ਅੱਛਾ ਜੀ ਤੁਸੀਂ ਜਮਾ ਵੇਚਤੀ ਨਹੀਂ ਮਹਿਸੂਸ ਕਰੋਗੇ ਇਹ ਵਿੱਚ ਵੇਚਤੀੜੀ ਕਿਹੜੀ ਗੱਲ ਆ ਇਹ ਤਾਂ ਘਰਾੜਿਆਂ ਵਾਲੀ ਗੱਲ ਆ ਮੈਂ ਘਰਾੜੇ ਐਸੇ ਮਾਰੂੰ ਦੰਦਲ ਪਾ ਦੂੰ ਕਹਿੰਆਂ ਨੂੰ ਬਿਲਕੁਲ ਕਿ ਅਗਲਾ ਵੇਚਤੀ ਮਹਿਸੂਸ ਕਰੋ ਮੈਨੂੰ ਕਿਆ ਕਿਉਂ ਮੈਂ ਕਹਿ ਖਤੋਂ ਉੱਠਾ ਬਿਲਕੁਲ ਸਹੀ ਨਹੀਂ ਕਿ ਦਿਖਾ ਕੇ ਦੇਖ ਲਓ ਨਹੀਂ ਨਹੀਂ ਟਾਣਾ ਸਾਹਿਬ ਸਾਡੀ ਐਡੀ ਜ਼ਰਤ ਕਿੱਥੇ ਤੁਹਾਨੂੰ ਕੁਝ ਕਹਿ ਦੀਏ ਹਾਂ ਪਰ ਹੋਇਆ ਕੀ ਇਹ ਤੁਹਾਨੂੰ ਉਹ ਮੈਨੂੰ ਤਾਂ ਲੱਗੀ ਇਹ ਗੱਲ ਵੀ ਭਾਈ ਜਿਹੜੇ ਹੈਗੇ ਨੇ ਚੇਤਨ ਸਿੰਘ ਜੋੜੇ ਮਾਜਰਾ ਉਹਨਾਂ ਦੇ ਵੱਲੋਂ ਵੀ ਸੀ ਸਾਹਿਬ ਨੂੰ ਇਹ ਗੱਲ ਕਹੀ ਕਿ ਭਾਈ ਇਥੇ ਲੰਮਾ ਪਿਆ ਕੇ ਦਿਖਾ ਉਹ ਬੇਇੱਜ਼ਤੀ ਮਹਿਸੂਸ ਕਰ ਗਏ ਉਹ ਕਹਿੰਦੇ ਵੀ ਭਾਈ ਐਦਾਂ ਦੀ ਗੱਲ ਕਦੇ ਹੋਈ ਨਹੀਂ ਸੀ ਇਹ ਤਾਂ ਜੱਗੋਂ ਤੇਰਵੀਂ ਗੱਲ ਕਰ ਗਏ ਆ ਰੌਲਾ ਬੜੇ ਵੱਡੇ ਪੱਦਰ ਤੇ ਪਿਆ ਅੱਧੇ ਕ ਲੋਕ ਇਹ ਗੱਲ ਕਹੀ ਜਾਂਦੇ ਵੀ ਸੀ ਸਾਹਿਬ ਨਾਲ ਵਧੀਆ ਹੋਇਆ ਅੱਧੇ ਕਹਿੰਦੇ ਵੀ ਨਹੀਂ ਯਾਰ ਐਦਾਂ ਨਹੀਂ ਚਾਹੀਦਾ ਸੀਗਾ ਉਹ ਫੇਰ ਵੀ ਸੀਨੀਅਰ ਬੰਦੇ ਆ ਜੋੜੇ ਮਾਜਰਾ ਸਾਹਿਬ ਨੂੰ ਇਉਂ ਨੀਚੇ ਕਰਨਾ ਚਾਹੀਦਾ ਮਤਲਬ ਜਿੰਨੇ ਮੂੰਹ ਓਨੀਆਂ ਗੱਲਾਂ ਤੇ ਫਿਰ ਲੋਕ ਸੋਸ਼ਲ ਮੀਡੀਆ ਤੇ ਵੀ ਹੋ ਗਏ ਦਿਵਾਲੇ ਫਿਰ ਮਤਲਬ ਹਰ ਕਿਸੇ ਨੇ ਜੋ ਮੰਨ ਦੇ ਵਿੱਚ ਆਇਆ ਉਹ ਬੋਲਿਆ ਹਰ ਕਿਸੇ ਨੇ ਪੜਾਸ ਕੱਢੀ ਆ ਉੱਥੇ ਇਹਦੇ 'ਚ ਕੋਈ ਦੌਰ ਆਇਆ ਨਹੀਂ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ 23 ਸਾਲਾਂ ਤੋਂ ਵੀ ਸੀ ਸਾਹਿਬ ਦੇ ਖਿਲਾਫ ਪ੍ਰਦਰਸ਼ਨ ਵੀ ਹੋਏ ਆ ਜੀ ਹੋਏ ਵਕ ਵਕ ਮੁੱਦਿਆਂ ਦੇ ਕਰਕੇ ਉਹ ਵਿਵਾਦਾਂ ਦੇ ਵਿੱਚ ਵੀ ਆਏ ਆ ਪਰ ਗੱਲ ਇਹ ਵੀ ਆ ਵੀ ਜਿਸ ਤਰੀਕੇ ਦੇ ਨਾਲ ਪੈਂਦੀ ਸੱਟ ਹੀ ਕਹਤਾ ਵੀ ਅਲੇ ਪੈ ਜਾ ਹੂੰ ਉਹ ਵੀ ਪੈ ਗਏ ਹੂੰ ਮੈਂ ਇਸ ਗੱਲ ਤੇ ਹੈਰਾਨ ਆ ਵੀ ਜੇ ਤੁਹਾਨੂੰ ਕਿਹਾ ਹੋਵੇ ਵੀ ਭਾਈ ਪੈ ਜਾ ਇੱਥੇ ਪੈਕੇਜ ਦਿਖਾ ਹੂੰ ਪਹਿਲਾਂ ਆਪਾਂ ਪੈਕੇਜ ਦਿਖਾਤਾ ਹੂੰ ਤੇ ਬਾਅਦ ਵਿੱਚ ਰੌਲਾ ਪੈ ਗਿਆ ਜਾਂ ਤਾਂ ਉਹ ਓਹੀ ਅੜ ਜਾਂਦੇ ਵੀ ਭਾਈ ਮੈਂ ਨਹੀਂ ਪੈਂਦਾ ਹੂੰ ਤੁਸੀਂ ਦੱਸੋ ਵੀ ਸਾਨੂੰ ਗੱਦਿਆਂ ਵਾਸਤੇ ਕਿੰਨੇ ਪੈਸੇ ਮੁਹੱਈਆ ਕਰਵਾਏ ਆ ਬਿਲਕੁਲ ਤੇ ਜੇ ਤੁਸੀਂ ਗੱਦਿਆਂ ਵਾਸਤੇ ਪੈਸੇ ਮੁਹੱਈਆ ਕਰਵਾਏ ਆ ਤੇ ਗੱਦੇ ਫੇਰ ਨਹੀਂ ਚੰਗੇ ਤੇ ਫੇਰ ਤਾਂ ਗੱਲ ਸਹੀ ਆ ਜੀ ਪਰ ਤੁਸੀਂ ਸਾਨੂੰ ਪੈਸੇ ਦਿੱਤੇ ਹੀ ਨਹੀਂ ਗੇ ਪਹਿਲਾਂ ਤਾਂ ਵੀ ਸੀ ਸਾਹਿਬ ਮਿੰਟ ਲਾਇਆ ਉਹਨਾਂ ਨੇ ਲੰਮੇ ਪੈਣ ਲੱਗੇ ਤੇ ਬਾਅਦ ਵਿੱਚ ਜਦੋਂ ਰੌਲਾ ਪੈ ਗਿਆ ਤੇ ਉਹ ਫਿਰ ਉਸ ਤੋਂ ਬਾਅਦ ਬਵਾਦ ਵਧ ਗਿਆ ਜੀ ਬਿਲਕੁਲ ਗੱਲ ਇਹ ਹੈ ਟੈਣਾ ਸਾਹਿਬ ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਪਹਿਲੀ ਚੀਜ਼ ਤਾਂ ਇਹ ਹੈ ਕਿ ਵੀ ਸੀ ਸਾਹਿਬ ਦੀ ਪੜ੍ਹਾਈ ਲਿਖਾਈ ਉਹਨਾਂ ਦਾ ਤਜਰਬ ਇਹ ਬਹੁਤ ਵੱਡੀ ਚੀਜ਼ ਹੈ ਉਹ ਉਹਦੀ ਅਸੀਂ ਕਦਰ ਕਰਦੇ ਆ ਉਹਦਾ ਅਸੀਂ ਸਤਿਕਾਰ ਕਰਦੇ ਆ ਕਿ ਉਹਨਾਂ ਨੇ ਬਹੁਤ ਵੱਡਾ ਤਜਰਬਾ ਹਾਸਲ ਕੀਤਾ ਇਸ ਕਿੱਤੇ ਦੇ ਵਿੱਚ ਉਹਨਾਂ ਦੀ ਪੜ੍ਹਾਈ ਲਿਖਾਈ ਬਹੁਤ ਉੱਤਮ ਹੈ ਬਹੁਤ ਵਧੀਆ ਪੜ੍ਹਾਈ ਲਿਖਾਈ ਉਹਨਾਂ ਨੇ ਹਾਸਲ ਕੀਤੀ ਹੈ ਹਨਾ ਪਰ ਦੂਸਰੇ ਬੰਨੇ ਗੱਲ ਇਹ ਹੈ ਜੇ ਸਿਵਲ ਹਸਪਤਾਲ ਲਈ ਮੈਂ ਇੱਕ ਥਾਂ ਦੀ ਗੱਲ ਨਹੀਂ ਕਰਦੀ ਪਈ ਪੂਰੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਸਰਕਾਰੀ ਹਸਪਤਾਲਾਂ ਦੇ ਜੋ ਹਾਲਾਤ ਨੇ ਤੁਸੀਂ ਵੇਖੋ ਕਿ ਜਿਹੜਾ ਬੰਦਾ ਸਰਦਾ ਪੁਜਦਾ ਨਾ ਸਰਦਾ ਪੁਜਦਾ ਨਾ ਵੀ ਹੋਵੇ ਅੱਜ ਹਰ ਬੰਦਾ ਇਹ ਚਾਹੁੰਦਾ ਵੀ ਮੈਨੂੰ ਕਿਤੇ ਉੱਥੇ ਨਾ ਜਾਣਾ ਪੈ ਜਾਵੇ ਮੈਂ ਹੋਰ ਥਾਂ ਤੇ ਜਾ ਕੇ ਇਲਾਜ ਕਰਾ ਲੂੰਗਾ ਹੁਣ ਸਿਰਫ ਤੇ ਸਿਰਫ ਸਰਕਾਰੀ ਹਸਪਤਾਲ ਕਾਦੇ ਲਈ ਰਹਿ ਗਏ ਐਮਐਲਆਰ ਘਟਾਉਣ ਦੇ ਲਈ ਕਿ ਜੇ ਕਿਸੇ ਤੇ ਕੇਸ ਪਵਾਉਣਾ ਹੈ ਕੋਈ ਹੋਰ ਪਰਚਾ ਦਰਜ ਕਰਾਉਣਾ ਹੈ ਤਾਂ ਉਹਦੇ ਲਈ ਬੰਦਾ ਉੱਥੇ ਜਾਂਦਾ ਹੈ ਜਾਂ ਕਿਤੇ ਬਹੁਤ ਹੀ ਬੰਦੇ ਦੀ ਹੋ ਜੇ ਵੀ ਮੈਂ ਹੋਰ ਕਿਤੇ ਨਹੀਂ ਜਾ ਸਕਦਾ ਮੈਨੂੰ ਇੱਥੇ ਜਾਣਾ ਪੈਣਾ ਤਾਂ ਉੱਥੇ ਜਾ ਕੇ ਇਲਾਜ ਕਰਾਉਣਾ ਨਹੀਂ ਤਾਂ ਹਰ ਇੱਕ ਬੰਦਾ ਚਾਹੁੰਦਾ ਵੀ ਨਹੀਂ ਨਿੱਜੀ ਹਸਪਤਾਲ ਦੇ ਵਿੱਚ ਚੱਲਦੇ ਆ ਹਨਾ ਦੂਜੀ ਗੱਲ ਇਹ ਹੈ ਕਵਿਤਾ ਇਹ ਗੱਲ ਪਹੁੰਚਾਉਣੀ ਪਾਉਗੀ ਨਾ ਇਹ ਮੈਂ ਜਾਂ ਤੁਸੀਂ ਤਾਂ ਨਹੀਂ ਪਹੁੰਚਾਉਣੀ ਇਹ ਤਾਂ ਜਿਹੜਾ ਉੱਥੋਂ ਦਾ ਸਟਾਫ ਹੈ ਵੀ ਸੀ ਸਾਹਿਬ ਨੇ ਜਾਂ ਬਾਕੀ ਜਿਨ੍ਹਾਂ ਦੇ ਵੀ ਕਹਿ ਲਓ ਵੀ ਅੰਡਰ ਇਹ ਸਾਰਾ ਕੁਝ ਆਉਂਦਾ ਉਹਨਾਂ ਨੇ ਸਰਕਾਰਾਂ ਨੂੰ ਦੱਸਣਾ ਵੀ ਸਾਨੂੰ ਇਸ ਚੀਜ਼ ਦੀ ਲੋੜ ਆ ਭਾਈ ਸਾਨੂੰ ਇਹ ਚੀਜ਼ ਮੁਹੱਈਆ ਕਰਵਾਈ ਜਾਏ ਜੇਕਰ ਤਾਂ ਵੀ ਸਰਕਾਰ ਉਹ ਚੀਜ਼ਾਂ ਨਹੀਂ ਦਿੰਦੀ ਫਿਰ ਉਹਦੇ ਲਈ ਸਰਕਾਰ ਕਸੂਰਵਾਰ ਹੈ ਬਿਲਕੁਲ ਜੀ ਤੇ ਅਗਲੀ ਗੱਲ ਇਹ ਹੈ ਵੀ ਇਸ ਮਾਮਲੇ ਦੇ ਉੱਤੇ ਹੁਣ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਪੂਰੀ ਸਿਆਸਤ ਸ਼ੁਰੂ ਕਰਤੀ ਹੈ ਪਤਾ ਲੱਗਾ ਵੀ ਡਾਕਟਰ ਰਾਜਬਹਾਦਰ ਸਿੰਘ ਨੇ ਜਿਹੜੇ ਇਹਨਾਂ ਨੂੰ ਵਕ ਵਕ ਪਾਰਟੀਆਂ ਦੇ ਨੇਤਾ ਜਾ ਕੇ ਮਿਲ ਰਹੇ ਆ ਇਹ ਗੱਲ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਹੈਗੇ ਆ ਉਧਰ ਪਤਾ ਲੱਗਾ ਵੀ ਭਗਵੰਤ ਮਾਨ ਨੇ ਵੀ ਗੱਲ ਕਹੀ ਹੈ ਵੀ ਤੁਸੀਂ ਆਪਦਾ ਅਹੁਦਾ ਜਿਹੜਾ ਉਹ ਮੁੜ ਕੇ ਜੁਆਇਨ ਕਰ ਲਓ ਤੁਸੀਂ ਉਸ ਰਤਬੇ ਦੇ ਉੱਤੇ ਫੇਰ ਆਓ ਇਧਰੋਂ ਨਾ ਕਰੀ ਜਾਂਦੇ ਆ ਉਧਰ ਪਤਾ ਲੱਗਾ ਵੀ ਭਗਵੰਤ ਮਾਨ ਗੁੱਸੇ ਦੇ ਵਿੱਚ ਆ ਉਹ ਚੇਤਨ ਸਿੰਘ ਜੋੜੇ ਮਾਜਰਾ ਦੇ ਉੱਤੇ ਨਾਰਾਜ਼ ਹੈਗੇ ਆ। ਅੱਛਾ ਜੀ। ਚੇਤਨ ਸਿੰਘ ਹੋਰੀ ਗਏ ਸੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਕਹਿੰਦੇ ਆ ਵੀ ਉਹਨਾਂ ਨੇ ਮਿਲਣ ਵਾਸਤੇ ਸਮਝ ਨਹੀਂ ਦਿੱਤਾ। ਅੱਛਾ ਜੀ। ਮੰਨਿਆ ਇਹ ਵੀ ਜਾ ਰਿਹਾ ਅੰਦਾਜ਼ੇ ਇਹ ਵੀ ਲੱਗ ਰਿਹਾ ਹੈ ਵੀ ਪੰਜਾਬ ਦੇ ਸਿਹਤ ਮੰਤਰੀ ਦੇ ਵਿਭਾਗ ਦੇ ਵਿੱਚ ਬਦਲਾਅ ਹੋਊਗਾ। ਹੂੰ। ਹੋ ਸਕਦਾ ਵੀ ਕਿਸੇ ਹੋਰ ਨੂੰ ਮੌਕਾ ਮਿਲ ਜੇ ਹੁਣ। ਹੂੰ। ਜੇਕਰ ਇਦਾਂ ਹੁੰਦਾ ਤਾਂ ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਸਿਹਤ ਮਹਿਕਮੇ ਤੇ ਸਾੜਸਤੀ ਚੱਲਦੀ ਹੈ। ਹੂੰ। ਕਿਉਂਕਿ ਪਹਿਲਾਂ ਡਾਕਟਰ ਵਿਜੇ ਸਿੰਘਲਾ ਜਿਹੜੇ ਉਹਨਾਂ ਦੇ ਉੱਤੇ ਦੋਸ਼ ਲੱਗ ਗਏ। ਉਸ ਤੋਂ ਬਾਅਦ ਇਹ ਮਹਿਕਮਾ ਭਵੰਤਮਾਨ ਨੇ ਆਪਣੇ ਕੋਲੇ ਰੱਖ ਲਿਆ ਹੁਣ ਦਿੱਤਾ ਚੇਤਨ ਸਿੰਘ ਜੋੜੇ ਮਾਜਰਾ ਨੂੰ ਜੇਕਰ ਹੁਣ ਇਹਨਾਂ ਕੋਲੋਂ ਬਦਲ ਕੇ ਕਿਸੇ ਹੋਰ ਨੂੰ ਦਿੰਦੇ ਆ ਤਾਂ ਇਹਦਾ ਮਤਲਬ ਇਹ ਆ ਵੀ ਪਾਈ ਸਿਹਤ ਮਹਿਕਮੇ ਦੀ ਆਪਦੀ ਸਿਹਤ ਨਹੀਂ ਠੀਕ ਜੀ ਤੇ ਬਾਕੀ ਦੀਆਂ ਗੱਲਾਂ ਤਾਂ ਬਾਅਦ ਦੀਆਂ ਪਰ ਇਹ ਗੱਲਾਂ ਕਿਸੇ ਤੋਂ ਲੁਕੀਆਂ ਵੀ ਨਹੀਂ ਟਾਣਾ ਸਾਹਿਬ ਵੀ ਸਿਹਤ ਮਹਿਕਮੇ ਦੀ ਆਪਦੀ ਸਿਹਤ ਵੀ ਨਹੀਂ ਠੀਕ ਹੈਗੀ ਬਹੁਤ ਸਾਰੇ ਡਾਕਟਰਸ ਬਹੁਤ ਸਾਰਾ ਸਟਾਫ ਇਹੋ ਜਿਹਾ ਜਿਹੜੇ ਵਿਚਾਰੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਉਹ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਮੋਰੇ ਚੁਣੌਤੀਆਂ ਇਹੋ ਜਿਹੀਆਂ ਖੜੀਆਂ ਹੋ ਜਾਂਦੀਆਂ ਕਿ ਉਹ ਚਾਕੇ ਵੀ ਮੁਲਾ ਫੈਲਾ ਇਹੋ ਜਿਹਾ ਵੀ ਹੈ ਜਿਨ੍ਹਾਂ ਦੀਆਂ ਲੋਕੀ ਜਾ ਕੇ ਮਿੰਤਾ ਕਰਦ ਨੇ ਵੀ ਭਾਈ ਸਾਡੇ ਲਈ ਕੁਝ ਕਰੋ 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 ਤੇ ਉਹ ਕੁਝ ਕਰਨਾ ਨਹੀਂ ਚਾਹੁੰਦੇ ਤੁਸੀਂ ਵੇਖੋ ਵਾਕਈ ਇਹ ਗੱਲ ਸੋਚਣ ਵਾਲੀ ਹੈ ਟਾਣਾ ਸਾਹਿਬ ਵੀ ਜਿਵੇਂ ਦੇ ਉਹ ਗੱਦੇ ਸੀ ਉੱਲੀ ਲੱਗੀ ਹੋਈ ਹੈ ਉਹਦੇ ਉੱਪਰ ਮਜਬੂਰੀ ਵਸ ਚਾਹੇ ਉਹ ਕੈਦੀਆਂ ਦਾ ਬਾਡੀ ਕਿਉਂ ਨਾ ਹੋਵੇ ਚਾਹੇ ਉਹ ਕਿਸੇ ਦਾ ਵੀ ਹੋਵੇ ਉਹਦੇ ਉੱਤੇ ਪਾ ਕੇ ਇਲਾਜ ਕਰਾਉਣਾ ਕਿੰਨਾ ਕਿੰਨਾ ਔਖਾ ਹੋਊਗਾ ਬਿਲਕੁਲ ਹੈ ਤਾਂ ਔਖਾ ਵੀ ਸੀ ਸਾਹਿਬ ਨੂੰ ਵੀ ਬੇਨਤੀ ਇਹ ਆ ਵੀ ਆਪਣੇ ਪੂਰੇ ਹਸਪੀਟਲ ਦੇ ਵਿੱਚ ਤੇ ਜਿਹੜੇ ਜਿਹੜੀਆਂ ਵੀ ਥਾਵਾਂ ਨੇ ਅਧਿਕਾਰ ਖੇਤਰ ਚ ਆਉਂਦੀਆਂ ਉੱਥੇ ਇੱਕ ਵਾਰੀ ਨਿਗਾਹ ਜ਼ਰੂਰ ਮਾਰਨ ਵੀ ਭਾਈ ਆ ਕੀ ਕੀ ਗੰਦ ਪਿਆ ਹੋਇਆ ਜੀ ਜਿਹੜੇ ਵੀ ਸਿਹਤ ਮੰਤਰੀ ਦੇ ਮੰਤਰੀ ਭਵਿੱਖ ਚ ਬਣਨਗੇ ਜਾਂ ਜਿਹੜੇ ਵਰਤਮਾਨ ਆ ਜਾਂ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਚਾਹੀਦਾ ਜੀ ਕਿ ਯਾਰ ਉੱਥੇ ਇੱਕ ਵਾਰੀ ਇੰਨੇ ਇੱਕ ਤੱਕ ਖਿਆਲ ਕੀਤਾ ਜਾਵੇ ਵੀ ਜੇਕਰ ਚਾਦਰ ਚੱਜ ਰਹੀ ਹੈ ਤਾਂ ਗੱਦਾ ਨਹੀਂ ਚੱਜਦਾ ਜੀ ਜੇ ਗੱਦਾ ਚਾਦਰ ਦੋਵੇਂ ਚੱਜ ਰਹੀਆਂ ਤਾਂ ਫਿਰ ਬੈੱਡ ਨਹੀਂ ਚੱਜਦਾ ਹੂੰ ਜੇ ਇਹ ਚੀਜ਼ਾਂ ਚੱਜ ਰਹੀਆਂ ਤਾਂ ਪੱਖਾ ਚੱਲਦਾ ਚੱਜਦਾ ਨਹੀਂ ਬਾਥਰੂਮ 'ਚ ਜਾ ਕੇ ਉੱਥੇ ਉਲਟੀ ਆਉਂਦੀ ਹੈ ਉੱਥੇ ਬੰਦਾ ਕਰੇ ਤਾਂ ਕੀ ਕਰੇ ਸੋ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਪੰਜਾਬ ਦੇ ਲੋਕਾਂ ਦਾ ਹੌਸਲਾ ਪਸਤ ਕਰਦੀਆਂ ਬਿਲਕੁਲ ਆਮ ਆदमी ਪਾਰਟੀ ਦੀ ਸਰਕਾਰ ਸਿਹਤ ਤੇ ਸਿੱਖਿਆ ਦੇ ਵਿੱਚ ਬਦਲਾਅ ਦੀ ਗੱਲ ਕਰਕੇ ਸੂਬੇ 'ਚ ਆਈ ਆ ਪਰ ਇੱਕ ਬੇਨਤੀ ਜ਼ਰੂਰ ਆ ਵੀ ਭਾਈ तहज़ीब ਦੇ ਨਾਲ ਡਾਕਟਰਾਂ ਨੂੰ ਵੀ ਤੇ ਜਿਹੜੇ ਇਹਨਾਂ ਦੇ ਸਿਹਤ ਮੰਤਰੀ ਆ ਉਹਨਾਂ ਨੂੰ ਵੀ ਵਿਚਰਨਾ ਚਾਹੀਦਾ ਲੋਕਾਂ ਦੇ ਵਿੱਚ ਮਜ਼ਾਕ ਦਾ ਪਾਤਰ ਨਹੀਂ ਬਣਨਾ ਚਾਹੀਦਾ ਜਿਵੇਂ ਕਿ ਇਸ ਮੁੱਦੇ ਦੇ ਉੱਤੇ ਚੱਲ ਰਿਹਾ ਵੀ ਭਾਈ ਅੱਧੇ ਕ ਲੋਕ ਇਹ ਗੱਲ ਕਹਿੰਦੇ ਵੀ ਬੀਸੀ ਸਾਹਿਬ ਨਾਲ ਇੰਨੀ ਹੋਣਾ ਚਾਹੀਦਾ ਸੀ ਅੱਧੇ ਕ ਲੋਕਾਂ ਨੇ ਵੀ ਜੋੜਾ ਮਾਜਰਾ ਸਾਹਿਬਾ ਜਿਹੜੇ ਉਹਨਾਂ ਦੀ ਤਾਂ ਇੰਨੀ ਪੜ੍ਹਾਈ ਹੈ ਨਹੀਂ ਕਿ ਜਿੰਨੀ ਉਹਨਾਂ ਦੀ ਪੜ੍ਹਾਈ ਹੈ ਇਸ ਕਰਕੇ ਉਹਨਾਂ ਨੂੰ ਐਦਾਂ ਵੀ ਨਹੀਂ ਬੋਲਣਾ ਚਾਹੀਦਾ ਜੀ ਗੱਲ ਇਹ ਹੈ ਕਿ तहज़ीब ਤਾਂ ਹਰ ਇੱਕ ਪਾਸੇ ਜ਼ਰੂਰੀ ਹੁੰਦੀ ਹੈ ਜਣਾ ਸਾਹਿਬ ਚਾਹੇ ਕੋਈ ਵੀ ਮਹਿਕਮਾ ਹੋਵੇ ਕੋਈ ਵੀ ਮੰਤਰੀ ਸੰਤਰੀ ਹੋਵੇ ਕੋਈ ਵੀ ਆਮ ਬੰਦਾ ਵੀ ਕਿਉਂ ਹਰ ਇੱਕ ਦੇ ਅੰਦਰ ਹੋਣੀ ਚਾਹੀਦੀ ਹੈ ਪਰ ਗੱਲ ਇਹ ਹੈ ਕੁਝ ਇੱਕ ਮਾਮਲੇ ਕੁਝ ਇੱਕ ਮੁੱਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ ਜਿਨ੍ਹਾਂ ਦਾ ਇੱਕ ਕੰਮ ਹੈ ਧਿਆਨ ਦੇਣਾ ਆਪਾਂ ਇੱਥੇ ਪੜ੍ਹਾਈ ਲਿਖਾਈ ਨੂੰ ਇੱਕ ਪਾਸੇ ਕਰ ਦਈਏ ਜਿਨ੍ਹਾਂ ਦਾ ਕੰਮ ਹੈ ਧਿਆਨ ਦੇਣਾ ਜਿਨ੍ਹਾਂ ਨੇ ਵੇਖਣਾ ਕਿ ਹਸਪਤਾਲ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਲੋੜ ਹੈ ਸਾਨੂੰ ਕਿੱਥੇ-ਕਿੱਥੇ ਪੈਸਾ ਸਾਨੂੰ ਚਾਹੀਦਾ ਹੈ ਇਹ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਇਹ ਨਹੀਂ ਵੀ ਹਰ ਰੋਜ਼ ਆਪਾਂ ਡਿਊਟੀ ਤੇ ਗਏ ਤੇ ਸ਼ਾਮ ਨੂੰ ਘਰੇ ਆ ਗਏ ਲੋਕਾਂ ਦਾ ਕੀ ਕਸੂਰ ਹੈ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਟਣਾ ਸਾਹਿਬ ਆਪਾਂ ਵੇਖਦੇ ਰਹੇ ਆ ਕਿ ਪਿੰਡਾਂ ਦੇ ਵਿੱਚ ਨਾ ਛੋਟੀਆਂ-ਮੋਟੀਆਂ ਦੁਕਾਨਾਂ ਜ਼ਰੂਰ ਮਿਲਦੀਆਂ ਰਹੀਆਂ ਨੇ ਆਪਾਂ ਸਾਰਿਆਂ ਨੂੰ ਹਰ ਇੱਕ ਪਿੰਡ 'ਚ ਹੁੰਦੀ ਹੋਈ ਹੈ ਇਹ ਦੁਕਾਨ ਜਿੱਥੇ ਨਾ ਜਦੋਂ ਕਿਤੇ ਲੋੜ ਪਵੇ ਤਾਂ ਕੋਈ ਹਰੇ ਪੱਤੇ ਵਾਲੀ ਗੋਲੀ ਮਿਲ ਜਾਂਦੀ ਹੈ ਕੋਈ ਤਾਕਤ ਦਾ ਟੀਕਾ ਲੱਗ ਜਾਂਦਾ ਕੋਈ ਚਤਕਬਰੀ ਦੀ ਗੋਲੀ ਮਿਲ ਜਾਂਦੀ ਹੈ ਹੈਨਾ ਕੋਈ ਨੀਲੀ ਗੋਲੀ ਮਿਲ ਜਾਂਦੀ ਹੈ ਬੰਦੇ ਨੂੰ ਇਹ ਹੁੰਦਾ ਹੈ ਕਿ ਕਈ ਵਾਰ ਸ਼ਹਿਰ ਨਹੀਂ ਜਾ ਪਾਉਂਦਾ ਬੰਦਾ ਯਾ ਕਹਿ ਲਓ ਵੀ ਨੇਹ ਸਵੇਰੇ ਕਿਤੇ ਦਵਾਈ ਦੀ ਲੋੜ ਪੈ ਜਾਂਦੀ ਹੈ ਤੇ ਉਹ ਦੋ ਸ਼ਹਿਰ ਦੂਰ ਆ ਨਹੀਂ ਜਾ ਸਕਦੇ ਤਾਂ ਅਕਸਰ ਉੱਥੇ ਜਾ ਕੇ ਉਹ ਦਵਾਈ ਲਈ ਜਾਂਦੀ ਹੈ ਹੈਨਾ ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ ਚ ਝੋਲਾ ਛਾਪ ਵੀ ਕਹਿ ਦਿੰਦੇ ਆ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਝੋਲਾ ਛਾਪ ਡਾਕਟਰਾਂ ਦੇ ਸਰਕਾਰਾਂ ਵੀ ਖਿਲਾਫ ਆ ਜੀ ਮੈਡੀਕਲ ਐਸੋਸੀਏਸ਼ਨਾਂ ਵੀ ਖਿਲਾਫ ਆ ਮੈਂ ਮੰਨਦਾ ਵੀ ਭਾਈ ਇਹਨਾਂ ਦੇ ਕੋਲੇ ਉਹਨਾਂ ਤਜਰਬਾ ਨਹੀਂ ਹੁੰਦਾ ਇਹਨਾਂ ਦੀ ਪੜ੍ਹਾਈ ਲਿਖਾਈ ਉਨੀ ਨਹੀਂ ਪਰ ਇਹ ਵੀ ਗੱਲ ਸੱਚੀ ਹੈ ਵੀ ਜੇਕਰ ਲੋਡ ਹੁਣੇ ਪੈਂਦੀ ਆ ਤਾਂ ਹੁਣੇ ਬੰਦਾ ਲੈ ਕੇ ਕਿਸੇ ਨੂੰ ਸ਼ਹਿਰ ਕਿਵੇਂ ਚਲਾ ਜਾਊਗਾ ਸਭ ਤੋਂ ਪਹਿਲਾਂ ਤਾਂ ਅਸੀਂ ਆਂਡ ਗਵਾਂਡ ਦੇ ਵਿੱਚ ਡਾਕਟਰ ਨੂੰ ਦਿਖਾ ਲੈਣਾ ਵੀ ਇਹਦਾ ਬਲੱਡ ਪ੍ਰੈਸ਼ਰ ਦੇਖੋ ਇਹਦੀ ਸ਼ੂਗਰ ਕਿੰਨੀ ਹੈ ਇਹਦੇ ਸਰੀਰ ਦੇ ਵਿੱਚ ਆ ਸਮੱਸਿਆ ਜੇ ਮੰਨ ਲਓ 2-3 ਦਿਨਾਂ ਦੇ ਵਿੱਚ ਇਲਾਜ ਨਹੀਂ ਸਹੀ ਬੈਂਦਾ ਫਿਰ ਅਸੀਂ ਸ਼ਹਿਰ ਦੇ ਵੱਲ ਭਜਦੇ ਆ ਜੇ ਸ਼ਹਿਰ ਦੇ ਵਿੱਚ ਇਲਾਜ ਨਹੀਂ ਹੁੰਦਾ ਫਿਰ ਅਸੀਂ ਕਹਿੰਦੇ ਡੀ ਐਮ ਸੀ ਲੈ ਜੀਏ ਫਿਰ ਅਸੀਂ ਇਹਨੂੰ ਲੈ ਜੀਏ ਸੀ ਐਮ ਸੀ ਦੇ ਵਿੱਚ ਫਿਰ ਅਸੀਂ ਇਹਨੂੰ ਲੈ ਜੀਏ ਜੀ ਉਧਰ ਪੀਮਸ ਦੇ ਵਿੱਚ ਪੀ ਡੀ ਐ ਦੇ ਵਿੱਚ ਲੈ ਜੀਏ ਸੋ ਇਹ ਹੈ ਜੀ ਕਿ ਵੱਖੋ ਵੱਖਰੇ ਤਰੀਕੇ ਆ ਭਾਈ ਜੇ ਤਾਂ ਬੰਦੇ ਦਾ ਸਰ ਜੇ ਇੱਥੇ ਤਾਂ ਫਿਰ ਇਹਦੇ ਵਰਗੀ ਵਰਦਾਨ ਚੀਜ਼ ਕੋਈ ਨਹੀਂ ਤੇ ਜੇ ਨਾ ਸਰੇ ਤਾਂ ਫਿਰ ਸਰਾਪ ਚੀਜ਼ ਕੋਈ ਨਹੀਂ ਹੂੰ ਬਿਲਕੁਲ ਸਹੀ ਆ ਪਰ ਹੁਣ ਕਹਿੰਦੇ ਆ ਕਿ ਇਹ ਵਾਲੇ ਜਿਹੜੇ ਡਾਕਟਰ ਆ ਖਤਮ ਕਰ ਦੇਣੇ ਨੇ ਸਰਕਾਰਾਂ ਦੇ ਬਿਲਕੁਲ ਜੀ ਸਰਕਾਰਾਂ ਇਹ ਕਹਿ ਰਹੀਆਂ ਵੀ ਜਿਨ੍ਹਾਂ ਨੇ ਕੋਈ ਡਿਗਰੀ ਮਹੱਤਵਪੂਰਨ ਨਹੀਂ ਲਈ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਆ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਡਾਕਟਰਾਂ ਦੇ ਉੱਤੇ ਬਿਲਕੁਲ ਪਾਬੰਦੀ ਲੱਗ ਜਾਣੀ ਆ ਸੋ ਇਸ ਕਰਕੇ ਸਰਕਾਰ ਕਹਿੰਦੇ ਵੀ ਅਸੀਂ ਜਿਹੜੇ ਆਮ ਆਦਮੀ ਕਲੀਨਿਕ ਖੋਲ ਰਏ ਆ ਇਹਨਾਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਐਮਬੀਬੀਐਸ ਡਾਕਟਰ ਹੋਣਗੇ ਜੀ ਇਹਦੇ ਵਿੱਚ ਨਰਸਾਂ ਹੋਣਗੀਆਂ ਇਹਦੇ ਵਿੱਚ ਬਾਕੀ ਅਮਲਾ ਫੈਲਾ ਹੋਊਗਾ ਇਹਦੇ ਵਿੱਚ ਸਾਰੀਆਂ ਸਹੂਲਤਾਂ ਮਿਲਿਆ ਕਰਨਗੀਆਂ ਜੀ ਦੇਖੋ ਗੱਲ ਇਹ ਹੈ ਟਾਣਾ ਸਾਹਿਬ ਵਿਗਿਆਨ ਹਰ ਰੋਜ਼ ਬਦਲ ਰਿਹਾ ਹਰ ਰੋਜ਼ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ ਹਰ ਰੋਜ਼ ਨਵੀਆਂ ਰਿਸਰਚਾਂ ਹੁੰਦੀਆਂ ਪਈਆਂ ਨੇ ਹਰ ਰੋਜ਼ ਕੰਮ ਹੋ ਰਿਹਾ ਹੈ ਹਰ ਰੋਜ਼ ਨਵੀਂ ਖੋਜ ਹੋ ਰਹੀ ਹਰ ਰੋਜ਼ ਕੰਮ ਹੋ ਰਿਹਾ ਨਵੀਆਂ ਦਵਾਈਆਂ ਆ ਰਹੀਆਂ ਨੇ ਹੋਰ ਬਹੁਤ ਸਾਰਾ ਕੁਝ ਹੋ ਰਿਹਾ ਸੋ ਉਹਦੇ ਲਈ ਪੜ੍ਹਾਈ ਲਿਖਾਈ ਦਾ ਹੋਣਾ ਬਹੁਤ ਮਹੱਤਵਪੂਰਨ ਹੈ ਬਹੁਤ ਸਾਰੇ ਡਾਕਟਰਸ ਆਪਣੀ ਅੱਧੀ ਅੱਧੀ ਜ਼ਿੰਦਗੀ ਹੈਨਾ ਲੇਖੇ ਲਾ ਦਿੰਦੇ ਨੇ ਡਾਕਟਰੀ ਦੀ ਪੜਾਈ ਦੇ ਉਹ ਕਿੰਨਾ ਦਿਮਾਗ ਖਰਚ ਕਰਦੇ ਨੇ ਕਿੰਨੀ ਮਿਹਨਤ ਕਰਦੇ ਨੇ ਦਿਨ ਰਾਤ ਇੱਕ ਕਰਦੇ ਨੇ ਉਹ ਕਿੰਨਾ ਪੈਸਾ ਇਹ ਸਭ ਕੁਝ ਦੇ ਉੱਪਰ ਲਾਉਂਦੇ ਨੇ ਸਿਰਫ ਇਸ ਲਈ ਕਿ ਲੋਕਾਂ ਦੀ ਜ਼ਿੰਦਗੀ ਉਹਨਾਂ ਦੇ ਹੱਥ ਦੇ ਵਿੱਚ ਹੁੰਦੀ ਹੈ ਉਹਨਾਂ ਨੇ ਲੋਕਾਂ ਦਾ ਇਲਾਜ ਕਰਨਾ ਹੁੰਦਾ ਕਿਸੇ ਨੂੰ ਜ਼ਿੰਦਗੀ ਜਿਹੜੀ ਹੈ ਉਹ ਕਹਿ ਲਓ ਵੀ ਆਪਾਂ ਤਾਂ ਹੀ ਰੱਬ ਦਾ ਰੂਪ ਕਹਿੰਦੇ ਆ ਡਾਕਟਰ ਨੂੰ ਵੀ ਉਹਨੇ ਜ਼ਿੰਦਗੀ ਵਾਪਸ ਕਰਨੀ ਹੁੰਦੀ ਹੈ ਇੱਕ ਮਰੀਜ਼ ਦੀ ਹੈਨਾ ਉਹਨੇ ਜੋ ਮਰੀਜ਼ ਨੂੰ ਟੁਕਮਾ ਇਲਾਜ ਚਾਹੀਦਾ ਉਹ ਕਰਨਾ ਹੁੰਦਾ ਸੋ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਵਾਕਈ ਪੜ੍ਹਾਈ ਲਿਖਾਈ ਇੱਕ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਪਰ ਤਜਰਬਾ ਵੀ ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਅਗਲੀ ਗੱਲ ਇਹ ਹਰਮਨਜੀਤ ਜੀ ਕਿ ਜਿਹੜਾ ਨਾ ਮੁਹੱਲਾ ਕਲੀਨਿਕ ਆ ਇਹਨਾਂ ਦਾ ਨਾਮ ਰੱਖ ਦਿੱਤਾ ਹੁਣ ਆਮ ਆਦਮੀ ਕਲੀਨਿਕ ਹੂੰ ਇਹਦੇ ਉੱਤੇ ਬਹੁਤ ਵੱਡੇ ਪੱਧਰ ਤੇ ਵਿਵਾਦ ਵਧ ਰਿਹਾ ਹੂੰ ਦੇਖੋ ਲੋਕ ਇਹ ਗੱਲ ਸੋਚਦੇ ਆ ਵੀ ਜੇ ਤਾਂ ਇਨਾਂ ਮੁਹੱਲਾ ਕਲੀਨਿਕ ਉਰਫ ਆਮ ਆਦਮੀ ਕਲੀਨਿਕ ਦੇ ਵਿੱਚ ਮਿਲੀਆਂ ਸਹੂਲਤਾਂ ਚੰਗੀਆਂ ਜੀ ਜੀ ਫਿਰ ਤਾਂ ਸਾਨੂੰ ਇਸ ਗੱਲ ਦੇ ਨਾਲ ਕੋਈ ਇਤਰਾਜ਼ ਨਹੀਂ ਵੀ ਭਾਈ ਇਹ ਨਾਮ ਘਾਤੋ ਬਦਲ ਦਿੱਤੇ ਪਰ ਜੇਕਰ ਇਨਾਂ ਦੇ ਵਿੱਚ ਸਹੂਲਤਾਂ ਦੀ ਘਾਟ ਹੋਈ ਤਾਂ ਫਿਰ ਲੋਕਾਂ ਨੇ ਗੱਲ ਕਹਿਣੀ ਆ ਵੀ ਮੇਲਾ ਫੇਰ ਲੁੱਟ ਲਿਆ ਅੱਛਾ ਜੀ ਤਾਂ ਫਿਰ ਲੋਕਾਂ ਨੇ ਇਹ ਗੱਲ ਕਹਿਣੀ ਆ ਵੀ ਯਾਰ ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੋਗੀ ਸੋ ਵਕਤ ਬਿਆਨ ਕਰੂਗਾ ਪਰ ਇਤਕੀ 75 ਮੁਹੱਲਾ ਕਲੀਨਿਕਾ ਜਿਹੜੇ ਆਮ ਆਦਮੀ ਕਲੀਨਿਕਾ ਜਿਹੜੇ ਉਹ 15 ਅਗਸਤ ਨੂੰ ਖੁੱਲ ਰਹੇ ਆ ਇਹਦੇ ਵਿੱਚ ਕਿੰਨੀਆਂ ਕਸੂਹਲਤਾ ਹੁੰਦੀਆਂ ਦਵਾਈ ਬੂਟੀਆਂ ਦੇ ਵਿੱਚ ਕਿਹੋ ਜਿਹੀ ਹੁੰਦੀ ਆ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਪਹਿਲਾ ਹੱਲਾ ਕਿਹੋ ਜਿਹਾ ਮਾਰਿਆ ਜਾਂਦਾ ਇਹ ਵਕਤ ਬਿਆਨ ਕਰੂਗਾ ਪਰ ਆਮ ਆਦਮੀ ਕਲੀਨਿਕ ਬਣਾਉਣ ਦੇ ਉੱਤੇ ਵਿਰੋਧੀ ਪਾਰਟੀਆਂ ਨੂੰ ਇਤਰਾਜ਼ ਜ਼ਰੂਰ ਹੋਇਆ ਅੱਛਾ ਜੀ ਉਹ ਮੈਂ ਤਾਂ ਭਗਵੰਤ ਮਾਨ ਹੋਰਾਂ ਦੇ ਵੀ ਇੱਕ ਸਪੀਚ ਸੁਣ ਲਈ ਸੀ ਜਣਾ ਸਭ ਕਹਿੰਦੇ ਕਿ ਵਾਰ-ਵਾਰ ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਬਸ ਕੁਝ ਲੀਟਰ ਉਹ ਚਾਹੀਦਾ ਪੇਂਟ ਚਾਹੀਦਾ ਹੈ ਤੇ ਹਨਾ ਉਸ ਤੋਂ ਬਾਅਦ ਬੰਦੇ ਜਿਹੜੇ ਆ ਉਹ ਲਗਾ ਕੇ ਤੇ ਫਟਾਫਟੇ ਕਲੀਨਿਕ ਬਣ ਜਾਂਦੇ ਨੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦਿੰਨੇ ਆ ਪੇਂਟ ਤੇ ਤੁਸੀਂ ਬਣਾ ਕੇ ਦਿਖਾ ਦਿਓ ਇਦਾਂ ਦੇ ਕਲੀਨਿਕ ਸੋ ਗੱਲ ਇਹ ਹੈ ਇਸ ਮੁੱਦੇ ਤੇ ਸਿਆਸਤ ਬਹੁਤ ਜ਼ਿਆਦਾ ਭਖੀ ਹੋਈ ਆ ਪਰ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇਹ ਸਿਰਫ ਹਵਾਈ ਉਹ ਕਹਿੰਦੇ ਹੋਣਾ ਨਾ ਫੋਕੇ ਫੈਰ ਨਾ ਹੋਣ ਹਵਾਈ ਗੱਲਾਂ ਨਾ ਹੋਣ ਹਵਾਈ ਤੀਰ ਨਾ ਹੋਣ ਕਿ ਦੇਖੋ ਜੀ ਆ ਵੀ ਕਰਤਾ ਆ ਵੀ ਕਰ ਦਾਂਗੇ ਆ ਵੀ ਕਰ ਦਿਆਂਗੇ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਵੀ ਇੱਕ ਇੱਕ ਐਮਬੀਬੀਐਸ ਡਾਕਟਰ ਹੋਏਗਾ ਨਰਸਿਸ ਹੋਣਗੇ ਉਸ ਤੋਂ ਇਲਾਵਾ 6-7 ਜਣਿਆਂ ਦਾ ਸਟਾਫ ਹੋਊਗਾ ਇੱਥੇ ਲੋਕਾਂ ਦੇ ਬਹੁਤ ਸਾਰੇ ਜਿਹੜੇ ਟੈਸਟ ਆ ਮੁਫਤ ਦੇ ਵਿੱਚ ਕੀਤੇ ਜਾਣਗੇ ਲੋਕਾਂ ਦਾ ਇਲਾਜ ਹੋਊਗਾ ਇਹ ਸਾਰੀਆਂ ਗੱਲਾਂ ਜ਼ਮੀਨੀ ਹਕੀਕਤ ਬਣਨ ਨਹੀਂ ਤਾਂ ਲੋਕੀ ਅੱਜ ਤੀ ਆਪਣੇ ਉਹਨੂੰ ਠੱਗਿਆ ਹੋਇਆ ਹੀ ਮਹਿਸੂਸ ਕਰ ਰਹੇ ਨੇ ਬਿਲਕੁਲ ਸਹੀ ਗੱਲ ਆ ਉਹ ਵੀ ਹਾਜ਼ਰ ਹੈ ਚੰਚਦਾ ਵੀਚਾਰ ਹਰਮਨਜੀਤ ਪੰਜਾਬ ਦੀਆਂ ਜ਼ਿਲਾਂ ਦੇ ਵਿੱਚ ਲੜਾਈ ਇਉਂ ਹੁੰਦੀ ਆ ਜਿਵੇਂ ਨਿੱਕੇ ਹੁੰਦੇ ਅਸੀਂ ਸਕੂਲਾਂ 'ਚ ਲੜਦੇ ਹੁੰਦੇ ਸੀ ਹਮ ਨਿੱਕੇ ਹੁੰਦੇ ਨੂੰ ਪਤਾ ਨਹੀਂ ਸੀਗਾ ਵੀ ਭਾਈ ਕਿਸੇ ਦਾ ਨੁਕਸਾਨ ਨਾ ਹੋ ਜੇ ਜੀ ਜਾਂ ਭਾਈ ਸਾਨੂੰ ਆਹ ਕੁਝ ਕਰਨਾ ਚਾਹੀਦਾ ਕਿ ਨਹੀਂ ਉਦੋਂ ਫਟਕਿਆਂ ਨਾਲ ਲੜੀ ਜਾਣਾ ਉਦੋਂ ਸਲੇਟਾਂ ਨਾਲ ਲੜੀ ਜਾਣਾ ਉਦੋਂ ਮੁੱਕੋ-ਮੁੱਕੀ ਹੋਈ ਜਾਣਾ ਪਰ ਉਮਰ ਦੀਆਂ ਪੌੜੀਆਂ ਚੜ੍ਹ ਕੇ ਪਤਾ ਲੱਗਦਾ ਵੀ ਨਹੀਂ ਅਸੀਂ ਗਲਤ ਸਹੀ ਵੱਕੇ ਬਣਾ ਕੇ ਰੱਖਣੀ ਚਾਹੀਦੀ ਸੀ ਹੂੰ ਲੜਦਾ ਨਹੀਂ ਸੀ ਚਾਹੀਦਾ ਜੀ ਹੁਣ ਜਦੋਂ ਉਹ ਮਿੱਤਰ ਬੇਲੀ ਲੱਭਦੇ ਹੀ ਨਹੀਂ ਹਰ ਬੰਦਾ ਆਪੋ ਆਪਣੇ ਕੰਮ ਦੇ ਵਿੱਚ ਮਸਰੂਫ ਆ ਕੋਈ ਬਾਹਰ ਚਲਾ ਗਿਆ ਕੋਈ ਇੱਥੇ ਆ ਕੋਈ ਕਿਤੇ ਕੋਈ ਕਿਤੇ ਆ ਤਾਂ ਇਉਂ ਲੱਗਦਾ ਵੀ ਯਾਰ ਉਦੋਂ ਕਿੰਨੀਆਂ ਵੱਡੀਆਂ ਗਲਤੀਆਂ ਕਰਦੇ ਰਹੇ ਹਾਂ ਪਰ ਸੁਧਾਰ ਕਰਾਂ ਦੇ ਵਿੱਚ ਹਾਲੇ ਵੀ ਗਲਤਗਾ ਨਹੀਂ ਗੁਨਾਹ ਹੁੰਦੇ ਆ ਬਿਲਕੁਲ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਚੱਲੀ ਕੀ ਜਾਂਦਾ ਆ ਆ ਦੇਖੋ ਹੁਣ ਜਿਹੜੀ ਖਬਰ ਆਈ ਆ ਬਠਿੰਡੇ ਵਾਲੀ ਜੇਲ੍ਹ ਦੇ ਵਿੱਚ ਦੋ ਗੈਂਗਸਟਰਾਂ ਦੇ ਗਰੁੱਪ ਆਪਸ ਦੇ ਵਿੱਚ ਭੜਪੇ ਹੂੰ ਇੱਕ ਉਹ ਸਾਰਜਮੈਂਟੂ ਹਾਂ ਤੇ ਇੱਕ ਹੋਰ ਆ ਗੈਂਗਸਟਰ ਜਿਨ੍ਹਾਂ ਨੇ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਲਈ ਗੱਡੀਆਂ ਮੁਹੱਈਆ ਕਰਵਾਈਆਂ ਸੀ ਉਹਨਾਂ ਨੂੰ ਦੂਜੇ ਗਰੁੱਪ ਦੇ ਲੋਕਾਂ ਦੇ ਵੱਲੋਂ ਕੁੱਟਿਆ ਮਾਰਿਆ ਗਿਆ ਇਧਰੋਂ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਵੀ ਗੈਂਗਵਾਰ ਹੋਈ ਹੈ ਦੋ ਗਰੁੱਪ ਆਪਸ ਦੇ ਵਿੱਚ ਭੜਪੇ ਆ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੋਈ ਇੱਕ ਹਫ਼ਤਾ ਐਸਾ ਨਹੀਂ ਜਦੋਂ ਨਸ਼ੇ ਨਾ ਫੜੇ ਜਾਣ ਜਦੋਂ ਆਪਸ ਦੇ ਵਿੱਚ ਕੈਦੀ ਭੜਦੇ ਨਾ ਹੋਣ ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਵੀ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਵਧੀਆ ਆਪਾਂ ਪਿੱਛੇ ਜੇ ਵੀ ਗੱਲ ਕੀਤੀ ਸੀ ਬਿ ਲੋਹਿਆਣੇ ਵਾਲੀ ਜੇਲ੍ਹ ਦੇ ਸੁਪਰਡੈਂਟ ਸਾਹਿਬ ਨੇ ਕਿਹਾ ਹਾਂਜੀ ਉਹ ਕਹਿੰਦੇ ਵੀ ਇੱਥੇ 2500 ਕੈਦੀ ਰਹਿ ਸਕਦੇ ਆ ਹਮ ਪਰ 4000 ਕੈਦੀ ਇੱਥੇ ਕੋਲ ਆ ਜੀ ਤੇ 110 ਮੁਲਾਜ਼ਮ ਆ ਰਾਖੀ ਰੱਖਣ ਦੇ ਲਈ ਤੇ ਇਹ ਦੱਸੋ ਵੀ ਭਾਈ ਅਸੀਂ ਕਿਸ ਤਰੀਕੇ ਨਾਲ ਰਾਖੀ ਸਹੀ ਰੱਖ ਲਾਂਗੇ ਜਦੋਂ ਜਿੰਨੀ ਤੈ ਨਿਜਮਾ ਜਨੀਰੀ ਕੈਪੈਸਿਟੀ ਆ ਜਨੀਰੀ ਸਮਰੱਥਾ ਉਹਦੇ ਨਾਲੋਂ ਤਾਂ 1500 ਕੈਦੀ ਵੈਸੇ ਵੱਧ ਆ ਜੀ ਬੰਦੇ ਤਾਂ 10 ਵੱਧ ਹੋਣ ਤੇ ਤਾਂ ਬੰਦੇ ਸੰਭਾਲਣੇ ਔਖੇ ਹੋ ਜਾਂਦੇ ਆ 1500 ਕੈਦੀ ਇੱਕ ਜੇਲ੍ਹ ਦੇ ਵਿੱਚ ਵੱਧ ਆ ਤੇ ਪੰਜਾਬ ਦੀਆਂ तकरीबन तकरीबन ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਘੱਟ ਜਾਂ ਵੱਧ ਇਸ ਤਰੀਕੇ ਦੇ ਨਾਲ ਆ ਜੀ ਸੋ ਜੇਕਰ ਅਸਾਮੀਆਂ ਖਾਲੀ ਆ ਪਰ ਆਪਾਂ ਅਸਾਮੀਆਂ ਭਰਦੇ ਨਹੀਂ ਜੈਮਰ ਉੱਥੇ ਲੱਗ ਸਕਦੇ ਆ ਉਹ ਆਪਾਂ ਲਾਉਂਦੇ ਨਹੀਂ ਤਾਂ ਇਹਦਾ ਮਤਲਬ ਇਹ ਆ ਵੀ ਜੇਲ੍ਹਾਂ ਦੇ ਵਿੱਚ ਸਾਰਾ ਕੁਝ ਇਵੇਂ ਹੀ ਚੱਲਦਾ ਰਹਿਣਾ ਜਿਵੇਂ ਅੱਜ ਦੀ ਤਰੀਕੇ ਦੇ ਵਿੱਚ ਚੱਲਦਾ ਜੀ। ਹਰ ਰੋਜ਼ ਤਾਂ ਖਬਰਾਂ ਆਉਂਦੀਆਂ ਨੇ ਟਾਣਾ ਸਾਹਿਬ ਫਰਕ ਤਾਂ ਕਿਤੇ ਵੀ ਕੁਝ ਨਜ਼ਰ ਨਹੀਂ ਆ ਰਿਹਾ। ਗੱਲ ਇਹ ਹੈ ਕਿ ਜਿਵੇਂ ਇਹ ਸਾਰਾ ਕੁਝ ਵਧਦਾ ਜਾ ਰਿਹਾ ਜਿਵੇਂ ਵਧਦਾ ਜਾ ਰਿਹਾ ਸਮਝ ਨਹੀਂ ਆਉਂਦੀ ਠੱਲ ਕਿੱਥੇ ਪਹੌਂ ਗਈ ਇਹ ਸਭ ਕੁਝ ਜਾ ਕੇ ਜੇਕਰ ਇੰਨੀ ਨਿਗਰਾਨੀ ਦੇ ਵਿੱਚ ਜੇਕਰ ਜੇਲ੍ਹਾਂ ਦੇ ਅੰਦਰ ਆ ਮਾਹੌਲ ਆ ਬਾਹਰ ਕੇ ਲੋਕੀ ਕੀ ਕਰਨਗੇ? ਹੂੰ ਇਹ ਸਭ ਤੋਂ ਵੱਡਾ ਸਵਾਲ ਹੈ। ਸੋ ਇਸ ਲਈ ਜਿਹੜੇ ਜਿੱਥੇ ਅਸਾਮੀਆਂ ਦੀ ਲੋੜ ਆ ਉਹ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਨੇ। ਜਿੱਥੇ ਵਾਕਈ ਮੁਸਤੈਦੀ ਦੀ ਲੋੜ ਆ ਉੱਥੇ ਮੁਸਤੈਦੀ ਹੋਣੀ ਚਾਹੀਦੀ ਐ ਇਹ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਜ਼ਰੂਰਤ ਪੂਰੀ ਹੋਣੀ ਚਾਹੀਦੀ ਤਾਂ ਹੀ ਸਭ ਕੁਝ ਮੈਨੂੰ ਤਾਂ ਇੱਕ ਜਾਣਕਾਰ ਨੇ ਵੀ ਗੱਲ ਦੱਸੀ ਕਿ ਕਹਿੰਦੇ ਵੀ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਵੀ ਜਿਹੜੇ ਵੱਡੇ ਵੱਡੇ ਗੁੰਡੇ ਬਦਮਾਸ਼ ਹੁੰਦੇ ਆ ਕਤਲਾ-ਕੁਤਲਾ ਵਾਲੇ ਉਹ ਜਿਹੜੇ ਮਾਤੜ ਜੇ ਫੜੇ ਜਾਂਦੇ ਆ ਜਿਹੜੇ ਕੋਈ ਚੋਰੀ 'ਚ ਫੜਿਆ ਗਿਆ ਆ ਆ ਨਿੱਕੇ ਮੋਟੇ ਕੰਮ 'ਚ ਹੋਰ ਫੜਿਆ ਗਿਆ ਉਹਨਾਂ ਦੇ ਕੋਲੋਂ ਮਾਲਸ਼ਾਂ ਕਰਵਾਉਂਦੇ ਆ ਅੱਛਾ ਜੀ ਉਹਨਾਂ ਦੇ ਕੋਲੋਂ ਜੇਲ੍ਹਾਂ ਦੇ ਵਿੱਚ ਲੱਤਾਂ ਕਟਵਾਉਂਦੇ ਆ ਵੀ ਉੱਥੇ ਪੂਰਾ ਫਿਲਮੀ ਸਟਾਈਲ ਚੱਲ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਸੋ ਗੱਲ ਇਹ ਹੈ ਵੀ ਜਦੋਂ ਇੱਕ ਪਾਸੇ ਇੰਨੇ ਵੱਡੇ ਬੰਦੇ ਹੋਣ ਇੰਨੇ ਵੱਡੇ ਕੈਦੀ ਹੋਣ ਤੇ ਦੂਜੇ ਪਾਸੇ 110 ਮੁਲਾਜ਼ਮ ਹੋਣ ਯਾਰ ਫੇਰ ਉਹ ਕਿਵੇਂ ਟਿਕਣਗੇ ਅੱਗੇ ਬਿਲਕੁਲ ਉਹ ਇਹਨਾਂ ਨੂੰ ਕੀ ਜਾਣਦੇ ਹੋਣਗੇ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਪੰਜਾਬ ਦੀਆਂ ਜੇਲਾਂ ਦਾ ਸੁਧਾਰ ਸਹੀ ਹੋਵੇ ਜੀ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੰਮ ਸਹੀ ਤਰੀਕੇ ਦਾ ਹੋਵੇ ਪੰਜਾਬ ਦੀਆਂ ਜੇਲਾਂ ਦੇ ਵਿੱਚੋਂ ਬਾਹਰ ਆਉਂਦਾ ਬੰਦਾ ਆਪਣੀ ਜ਼ਿੰਦਗੀ ਨੂੰ ਬਦਲਿਆ ਹੋਇਆ ਮਹਿਸੂਸ ਕਰੇ ਨਾ ਕਿ ਉੱਥੋਂ 3600 ਕੁ ਤਿੱਤ ਹੋਰ ਸਿੱਖ ਕੇ ਆਵੇ ਹਾਂ ਵੀ ਜਿਵੇਂ ਸੁਧਾਰ ਕਰ ਲਿਖਿਆ ਉਹ ਵਾਕਈ ਸੁਧਰ ਕੇ ਬਾਹਰ ਆਵੇ ਇਹ ਨਾ ਹੋਏ ਕਿ ਉਹ ਕਦੇ ਵੀ ਹੁਣ ਕੀ ਫਰਕ ਪੈਂਦਾ ਇੱਕ ਵਾਰ ਤਾਂ ਜਾਏ ਆ ਮੁੜ ਕੇ ਫੇਰ ਚੱਲ ਜਾਂਗੇ ਕੋਈ ਗੱਲ ਨਹੀਂ ਹੂੰ ਬਿਲਕੁਲ ਸਹੀ ਗੱਲ ਹੈ ਤੁਹਾਡੀ ਪਰ ਉਸ ਤੋਂ ਕਹਿੰਦਾ اے ਬੀ ਸਕੂਲਾਂ ਦਾ ਵੀ ਪ੍ਰਬੰਧ ਚੰਗਾ ਹੋਣਾ ਚਾਹੀਦਾ ਜੀ ਜੇਕਰ ਜੇਲ੍ਹਾਂ ਦੇ ਉੱਤੇ ਸੁਧਾਰ ਕਰ ਲਿਖੇ ਨਾਲ ਇਹ ਸਹੀ ਜੇਲ੍ਹਾਂ ਨਹੀਂ ਬਣਦੀਆਂ ਤਾਂ ਸਕੂਲਾਂ ਦੇ ਉੱਤੇ ਸਮਾਰਟ ਸਕੂਲ ਲਿਖੇ ਨਾਲ ਇਹ ਵੀ ਸੋਹਣੇ ਸਕੂਲ ਨਹੀਂ ਬਣਦੇ ਬਿਲਕੁਲ ਜਿਹੜੇ ਸਕੂਲਾਂ ਦੇ ਵਿੱਚ ਚੰਗਾ ਪ੍ਰਬੰਧ ਆ ਅਧਿਆਪਕ ਚੰਗੇ ਆ ਉਥੇ ਕਲਾਸਰੂਮ ਚੰਗੇ ਆ ਉਥੇ ਖੇਡਣ ਦੇ ਮੈਦਾਨ ਚੰਗੇ ਆ ਪੀਣ ਵਾਲਾ ਪਾਣੀ ਦਾ ਪ੍ਰਬੰਧ ਚੰਗਾ ਗੁਸਲਖਾਨੇ ਚੰਗੇ ਆ ਉਹਨਾਂ ਨੂੰ ਅਸੀਂ ਸਮਾਰਟ ਬੰਦੇ ਆ ਉਸੇ ਤਰੀਕੇ ਨਾਲ ਜਿਹੜੀਆਂ ਜੇਲ੍ਹਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਬੰਦੇ ਨੂੰ ਗਿਆਨ ਮਿਲਦਾ ਜਿੱਥੋਂ ਕਿ ਉਹਨੂੰ ਗਲਤੀ ਦਾ ਅਹਿਸਾਸ ਕਰਵਾ ਕੇ ਤੇ ਬਾਹਰ ਆਉਂਦੇ ਨੂੰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਮਿਲੇ ਉਹਨੂੰ ਸੁਧਾਰ ਕਰ ਮੰਨਦੇ ਨੇ ਤਾਂ ਇਹ ਸੁਧਾਰ ਸੁਧੋਰ ਕਹਿਣ ਦੀਆਂ ਗੱਲਾਂ ਹੀ ਬਿਲਕੁਲ ਸਹੀ ਆਦੀ ਹਾਜ਼ਰ ਹੈ ਚੰਚੀ ਦਾ ਵਿਚਾਰ ਪ੍ਰਾਈਮੇਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚਾਹੇ ਦਾ ਵਿਚਾਰ ਦੇਖ ਰਹੇ ਹੋ ਤੁਸੀਂ ਮੈਂ ਹਰਮਨ ਥੈਂਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਤੇ ਹੁਣ ਅਗਲੇ ਖਬਰਾਂ ਵਾਲ ਵਿਧੀਆ ਟਾਣਾ ਸਾਹਿਬ ਕੀ ਗੱਲ ਹੋਗੀ ਕੁਝ ਵੀ ਨਹੀਂ ਅੱਛਾ ਆਪਾਂ ਸਕੂਲ ਦੀ ਗੱਲ ਕਰ ਰਹੇ ਸੀ ਤਾਣਾ ਸਾਹਿਬ ਸਕੂਲ ਜਾਣ ਨੂੰ ਬੜਾ ਜੀ ਕਰਦਾ ਹੁਣ ਵੀ ਜੀ ਕਰਦਾ ਵੀ ਭਾਈ ਨਿੱਕੇ ਜਿ ਬਣ ਜੇ ਫੇਰ ਤੇ ਸਕੂਲ ਜਾ ਜੇ ਬਾਪੂ ਦੇ ਘੜੇੜੇ ਚੜ ਕੇ ਤੇ ਫਿਰ ਨਾਲ ਮਿਲਣ ਚੀਜ਼ੀਆਂ ਪਰ ਉਹ ਵਧੀਆ ਵੇਲਾ ਸੀ ਤਾਣਾ ਸਾਹਿਬ ਹੂੰ ਸਵੇਰ ਨੂੰ ਦੇਖੋ ਸਕੂਲ ਜਾਣਾ ਦੁਪਹਿਰ ਨੂੰ ਘਰੇ ਕੋਈ ਹੋਰ ਚਿੰਤਾ ਨਹੀਂ ਕਾਦੀ ਚਿੰਤਾ ਹੁੰਦੀ ਸੀ ਪੜਨ ਦੀ ਬਸ ਹੋਰ ਕੁਝ ਨਹੀਂ ਹਨਾ ਕਿੱਥੋਂ ਪੈਸੇ ਆਉਣੇ ਨੇ ਉਹਦੀ ਵੀ ਸਾਨੂੰ ਕਿੱਥੇ ਚਿੰਤਾ ਸੀ ਉਹ ਵੀ ਕਰਦਿਆਂ ਨੂੰ ਹੁੰਦੀ ਸੀ ਆਪਾਂ ਤਾਂ ਰਿਤ ਦੇ ਰਹੇਦਾ ਸੀ ਵੀ ਨਾ ਨਾ ਕਿਤੇ ਪੜਨਾ ਹੀ ਨਾ ਪੈ ਜੇ ਮੀ ਪੈ ਗਿਆ ਤਾਂ ਛੁੱਟੀ ਢਿੱਡ ਦੁਖਿਆ ਤਾਂ ਛੁੱਟੀ ਬੁਖਾਰ ਹੋ ਗਿਆ ਤਾਂ ਛੁੱਟੀ ਦਿਲ ਕੀ ਤਾਂ ਤਾਂ ਛੁੱਟੀ ਜਦੋਂ ਨਾ ਨਵੇਂ-ਨਵੇਂ ਬਹਾਨੇ ਜੇ ਸਿੱਖੇ ਹੁੰਦੇ ਆ ਵੀ ਭਾਈ ਢਿੱਡ ਦੁਖਦਾ ਬਸ ਪਤਾ ਨਹੀਂ ਕਿਉਂ ਚਿੱਤ ਜਾ ਠੀਕ ਨਹੀਂ ਜਾ ਅਜੀਬ ਜਿਹਾ ਹੁੰਦਾ ਅਜੀਬ ਜਿਹਾ ਹੁੰਦਾ ਫਿਰ ਘਰ ਦੇ ਤਰਸਜਾ ਖਾ ਕੇ ਕਹਿੰਦੇ ਦੇ ਵੀ ਨਹੀਂ ਚੱਲ ਰਹਿੰਦੇ ਅੱਜ ਸਕੂਲ ਨੂੰ ਐਂ ਲੱਗਦਾ ਵੀ ਜੰਗ ਜਿੱਤ ਲਈ ਪਰ ਗੱਲ ਇਹ ਆ ਵੀ ਸਕੂਲ ਜਾਣਾ ਹੀ ਚਾਹੀਦਾ ਇਹ ਬਚਪਨ ਦੀਆਂ ਗਲਤੀਆਂ ਇਹ ਨਿਆਣਮਤੀ ਵਾਲੀਆਂ ਗੱਲਾਂ ਉਦੋਂ ਐਂ ਲੱਗਦਾ ਸੀ ਵੀ ਜੰਗ ਤਾਂ ਜਿੱਤੀ ਜਾਂਦੀ ਜੇ ਸਕੂਲ ਨਾ ਜਾਏਗੇ ਐਵੇਂ ਸੋਚ ਜਿਣਾ ਲੱਗੀ ਪਤਾ ਜ ਮੈਡਮ ਵੀ ਨਾ ਆਵੇ ਹਾਂ ਕੀ ਪਤਾ ਜ ਮਾਸਟਰ ਜੀ ਵੀ ਢਿੱਲੇ ਹੋ ਜਾਣ ਜਦੋਂ ਛੁੱਟੀ ਦਾ ਵੇਲਾ ਹੋਣਾ ਉਦੋਂ ਘਰੇ ਅੰਦਰ ਲੋਕ ਕੇ ਬਹਿ ਜਾਣਾ ਵੀ ਕਿਤੇ ਕੋਈ ਦੇਖ ਨਾ ਲਵੇ ਸਹੀ ਗੱਲ ਆ ਪਰ ਉਹ ਦਿਨ ਬੜੇ ਚੰਗੇ ਸੀ ਸੱਚੀ ਪਰ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਵਿਦਿਆ ਦਾ ਪੱਦਰ ਉੱਚਾ ਚੁੱਕਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲ ਇਹੋ ਜਿਹੇ ਨੇ ਜਿੱਥੇ ਸਿਰਫ ਕੂਚੀ ਫੇਰ ਕੇ 스마트 ਸਕੂਲ ਲਿਖਤਾ ਸੀ ਤੇ ਲੋਕਾਂ ਲੱਗਿਆ ਕਿ ਸ਼ਾਇਦ ਇਹ ਵਾਕੀ 스마트 ਬਣ। ਪਰ ਇਸ ਦੇ ਬਾਵਜੂਦ ਬਹੁਤ ਸਾਰੇ ਸਕੂਲ ਇਹੋ ਜਿਹੇ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿ ਐਨ ਆਰ ਆਈ ਭੈਣਾ ਵੀਰਾਂ ਦੀ ਮਦਦ ਦੇ ਨਾਲ ਜੀ ਬਹੁਤ ਸੋਹਣੇ ਬਣੇ ਆ ਜਿਹੜੇ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਕਰਕੇ ਪਿੰਡ ਦੇ ਦਾਨੀ ਲੋਕਾਂ ਦੀ ਮਦਦ ਦੇ ਕਰਕੇ ਕਲਬਾਂ ਦੇ ਕਰਕੇ ਬੜੇ ਸੋਹਣੇ ਬਣੇ ਆ ਬਿਲਕੁਲ ਉਹਨਾਂ ਸਕੂਲਾਂ ਨੂੰ ਦੇਖ ਕੇ ਲੱਗਦਾ ਵੀ ਯਾਰ ਆ ਵੀ ਤਾਂ ਲੋਕ ਹੀ ਆ। ਹਾਂ ਜੇ ਇਹ ਵੀ ਇਹ ਗੱਲ ਕਹਿੰਦੇ ਰਹੇ ਨੇ ਵੀ ਨੇ ਕਰਨਾ ਸਾਰਾ ਕੁਝ ਤੇ ਫਿਰ ਤੱਕ ਅੱਖ ਵੀ ਨਹੀਂ ਹੋਣਾ ਸੀ ਜੀ ਬਹੁਤ ਸਾਰੇ ਆਪਣੇ ਤੌਰ ਤੇ ਜੋ ਕੁਝ ਕਰ ਸਕਦੇ ਉਹਨਾਂ ਨੇ ਕੀਤਾ ਤੇ ਸਰਕਾਰ ਦੀਆਂ ਗੱਲਾਂ ਬਾਤਾਂ ਦੇ ਵਿੱਚ ਆਉਣ ਦੀ ਥਾਂ ਦੇ ਉੱਤੇ ਉਹਨਾਂ ਨੇ ਆਪ ਦਾ ਕੰਮ ਆਪੇ ਨਿਭੜ ਲਿਆ ਬਹੁਤ ਸਾਰੇ ਅਧਿਆਪਕ ਸਹਿਬਾਨ ਵੀ ਦਿਨ ਰਾਤ ਇੱਕ ਕਰਦੇ ਨੇ ਆਪਣੇ ਸਕੂਲ ਨੂੰ ਬਦਲਣ ਦੇ ਲਈ ਆਪਣੇ ਜਿਹੜਾ ਸਕੂਲ ਆ ਉਹਦੇ ਹਾਲਾਤਾਂ ਨੂੰ ਬਦਲਣ ਲਈ ਤੇ ਬੱਚਿਆਂ ਨੂੰ ਪੜਾਉਣ ਦੇ ਲਈ ਕੁਝ ਬਣਾਉਣ ਦੇ ਲਈ ਉਹ ਅਧਿਆਪਕ ਸਹਿਬਾਨ ਦਿਨ ਰਾਤ ਇੱਕ ਕਰਦੇ ਨੇ ਇਸੇ ਲਈ ਹੁਣ ਇੱਕ ਸਕੂਲ ਹੈ ਜ਼ੀਰੇ ਦਾ ਜਿਹਨੂੰ 10 ਲੱਖ ਦਾ ਇਨਾਮ ਮਿਲਣ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਜੀ ਬਈ ਸੋਨਾ ਬਹੁਤ ਆ ਜੀ ਇੱਥੇ ਅਧਿਆਪਕ ਬੜੇ ਚੰਗੇ ਆ ਹੂੰ ਇੱਥੇ ਹਰ ਸਹੂਲਤ ਆ ਵਿਦਿਆਰਥੀਆਂ ਵਾਸਤੇ ਤੇ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਅਚਾਨਕ ਬਹੁਤ ਵਾਧਾ ਹੋਇਆ ਬਿਲਕੁਲ ਇਹ ਸਕੂਲ ਦਾ ਨਾਮ ਹੈ ਜੀ ਇਹ ਜ਼ੀਰਾ ਦਾ ਸਕੂਲ ਹੈ ਗੁਰੂਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਇਸ ਸਕੂਲ ਨੂੰ 10 ਲੱਖ ਦਾ ਜਿਹੜਾ ਇਨਾਮ ਹੈ ਉਹ ਮਿਲੂਗਾ ਔਰ ਤੁਸੀਂ ਵੇਖੋ ਇਹ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਨੇ ਰਾਕੇਸ਼ ਸ਼ਰਮਾ ਜੀ ਕਹਿੰਦੇ ਪਹਿਲਾਂ 3 ਸਾਲ ਪਹਿਲਾਂ ਦੀ ਜੇ ਉਦੋਂ ਇਹ ਸਕੂਲ ਦੇ ਵਿੱਚ 700 ਵਿਦਿਆਰਥਣਾ ਪੜਦੀਆਂ ਸੀ ਪਰ ਹੁਣ 1851 ਵਿਦਿਆਰਥਣਾ ਪੜਦੀਆਂ ਹੈ ਇਸ ਸਕੂਲ ਦੇ ਵਿੱਚ ਜਿਹੜੇ ਪ੍ਰਵਾਸੀ ਪੈਣਾ ਵੀਰ ਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਨੇ ਆਪਣੇ ਡਾਲਰਾਂ ਪਾਉਂਡਾਂ ਦੇ ਨਾਲ ਇੱਥੇ ਹਰ ਤਰ੍ਹਾਂ ਦੀ ਸਹੂਲਤਮਈਆ ਕਰਵਾਈ ਹੈ ਇਸ ਪਿੰਡ ਦੀ ਪੰਚਾਇਤ ਤੋਂ ਲੈ ਕੇ ਸਕੂਲ ਦੇ ਪ੍ਰਬੰਧਕ ਤੋਂ ਲੈ ਕੇ ਸਕੂਲ ਦੇ ਅਧਿਆਪਕ ਸਹਿਬਾਨ ਤੋਂ ਲੈ ਕੇ ਹਰ ਕਿਸੇ ਨੇ ਜ਼ਿੰਮੇਵਾਰੀ ਤੰਦਹੀ ਨਾਲ ਨਿਭਾਈ ਹੈ ਇਹਦੇ ਵਿੱਚ অতি ਆਧੁਨਿਕ ਲਾਇਬ੍ਰੇਰੀ ਹੈ ਜੀ ਇਹਦੇ ਵਿੱਚ ਲੈਬੋਰਟਰੀ ਹੈ ਜਿਹੜੀ ਬਹੁਤ ਕਮਾਲ ਦੀ ਹੈ ਇਹਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਹੱਈਆ ਕਰਵਾਈ ਹੈ ਜਾਨ ਨੂੰ ਚਿਤ ਕਰਨਾ ਬੱਚੇ ਦਾ ਵੀ ਭਾਈ ਯਾਰ ਮੈਂ ਸਕੂਲ ਦੇ ਵਿੱਚ ਜਾਵਾਂ ਉਹ ਸਕੂਲ ਹੀ ਕਰਦਾ ਜਿੱਥੇ ਐਤਵਾਰ ਨੂੰ ਵੀ ਜਾਨ ਨੂੰ ਚਿਤਨਾ ਕਰੇ ਵਾਹ ਵਾਹ ਉਹ ਸਕੂਲਾਂ ਅਸਲ ਦੇ ਵਿੱਚ ਵੀ ਜਿੱਥੇ ਬੱਚੇ ਦਾ ਮਨ ਕਰੇ ਯਾਰ ਜੇ ਮੈਂ ਅੱਜ ਘਰੇ ਰਹਿ ਲਿਆ ਤੇ ਸਕੂਲ ਵਾਲੀ ਗੱਲ ਨਹੀਂ ਬਣਨੀ ਉੜਦਾ ਤੁਰੇ ਜਾਵਾਂ ਸਕੂਲ ਦੇ ਵਿੱਚ ਸੋ ਇਹੋ ਜਿਹਾ ਮਾਹੌਲ ਸਕੂਲਾਂ ਦੇ ਵਿੱਚ ਬਣਨਾ ਚਾਹੀਦਾ ਬੱਚਾ ਕਹੇ ਯਾਰ ਐਤਵਾਰ ਕਾ ਤੋ ਆ ਗਿਆ ਜੀ ਬਿਲਕੁਲ ਸਹੀ ਯਾਰ ਸਰਕਾਰੀ ਛੁੱਟੀ ਕਾ ਤੋ ਆ ਗਈ ਹਾਂ ਬਹੁਤ-ਬਹੁਤ ਸਲਾਮ ਹੈ ਉਹਨਾਂ ਲੋਕਾਂ ਨੂੰ ਟਹਿਣਾ ਸਾਹਿਬ ਜਿਹੜੇ ਲੋਕ ਅਜੇ ਵੀ ਆਪਣੇ ਸਕੂਲਾਂ ਬਾਰੇ ਆਪਣੇ ਪਿੰਡਾਂ ਬਾਰੇ ਆਪਣੇ ਕਹਿ ਲਓ ਵੀ ਘਰਾਂ ਦੇ ਬਾਰੇ ਚ ਸੋਚਦੇ ਨੇ ਵੀ ਨਹੀਂ ਜੇ ਅੱਜ ਜ਼ਿੰਦਗੀ ਦੇ ਵਿੱਚ ਅਸੀਂ ਚਾਰ ਛਿੱਲੜ ਕਮਾਉਣ ਜੋਗੇ ਹੋ ਗਏ ਆ ਤਾਂ ਅਸੀਂ ਆਪਣੇ ਸਕੂਲ ਦੇ ਪ੍ਰਤੀ ਆਪਣੇ ਪਿੰਡ ਦੇ ਲਈ ਕੁਝ ਨਾ ਕੁਝ ਜ਼ਰੂਰ ਕਰੀ ਔਰ ਇਹੋ ਜੇ ਲੋਕਾਂ ਕਰਕੇ ਹੀ ਬਹੁਤੀਆਂ ਥਾਵਾਂ ਅੱਜ ਤੁਸੀਂ ਦੇਖੋ ਸਵਰਗ ਨਾਲੋਂ ਸੋਹਣੀਆਂ ਹੋਈਆਂ ਹੋਈਆਂ ਬਿਲਕੁਲ ਜੀ ਤੇ ਬਹੁਤ ਸਾਰੇ ਪਿੰਡ ਇਹੋ ਜੇ ਵੀ ਆ ਜਿੱਥੇ ਧਾਰਮਿਕ ਥਾਵਾਂ ਤਾਂ ਹੈਗੀਆਂ 10-10 ਜੀ ਪਰ ਸਕੂਲ ਦੀ ਇਮਾਰਤ ਆ ਜਿਹੜੀ ਉਹ ਖਸਤਾ ਹਾਲ ਦੇ ਵਿੱਚ ਆ ਉਦੋਂ ਆਪਾਂ ਇਹ ਗੱਲ ਕਹਿ ਦਨੇ ਲੈ ਇਹ ਤਾਂ ਸਰਕਾਰ ਦਾ ਕੰਮ ਆ ਜੀ ਤੇ ਯਾਰ ਫਿਰ ਜੇਕਰ ਅਸੀਂ ਧਾਰਮਿਕ ਥਾਂ ਦੀ ਉਸਾਰੀ ਦੇ ਲਈ ਸਾਰੇ ਪਿੰਡ ਨੇ ਪੈਸੇ ਪਾ ਲੇ ਤੇ ਫਿਰ ਥੋੜੇ ਜੇ ਪੈਸੇ ਆਪਾਂ ਇਧ ਹਾਂ ਸਰਕਾਰਾਂ ਤੋਂ ਨਾਲ ਇੱਕ ਆ ਇਹਦੇ ਵਿੱਚ ਤਾਂ ਕੋਈ ਦੋਰ ਆਇਆ ਹੈ ਨਹੀਂ ਮਹਿਕਮੇ ਜਿਹੜੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਗੱਲ ਸੱਚੀ ਹੈ ਪਰ ਆਪਾਂ ਆਪਦੀ ਜ਼ਿੰਮੇਵਾਰੀ ਵੀ ਤਾਂ ਨਭਾਈ ਗਏ ਵੀ ਸਾਡੇ ਪਿੰਡ ਦਾ ਸਕੂਲ ਆ ਸਾਡੇ ਪਿੰਡ ਦੇ ਵਿੱਚ ਸਾਈਕਲ ਸਟੈਂਡ ਸੋਣਾ ਹੋਣਾ ਚਾਹੀਦਾ ਸਾਡੇ ਪਿੰਡ ਦੇ ਸਕੂਲ ਦੇ ਵਿੱਚ ਵਧੀਆ ਪੀਣੇ ਦੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਸਾਡੇ ਸਕੂਲ ਦੀ ਚਰਚਾ ਚਾਰੇ ਪਾਸੇ ਛਿੜੇ ਇਹਦੇ ਕਰਕੇ ਪੰਚਾਇਤ ਨੂੰ ਉਦਮ ਕਰਨੇ ਚਾਹੀਦੇ ਆ ਜਿਹੜੀਆਂ ਵੀ ਪੰਚਾਇਤਾਂ ਕਰਦੀਆਂ ਇਹ ਉਦਮ ਸਲਾਮ ਪਰ ਗੱਲ ਇਹ ਆ ਵੀ ਬਸ ਨਾ ਸੂਤ ਜਿਆ ਲੱਗੇ ਇਹਦੀ ਗੱਲ ਹੈ ਸਰਕਾਰਾਂ ਕਹਿੰਦੀਆਂ ਵੀ ਸਾਡਾ ਸੂਤ ਲੱਗ ਜੇ ਅਸੀਂ ਬਹੁਤ ਕਮਾਲਾਂ ਕੀਤੀਆਂ ਜੀ ਇਹਦੀ ਚਰਚਾ ਚਾਰੇ ਪਾਸੇ ਹੋਵੇ ਅਖਬਾਰਾਂ 'ਚ ਇਸ਼ਤਿਹਾਰ ਵੱਡੇ ਵੱਡੇ ਲੱਗਣ ਬੋਰਡਾਂ ਤੇ ਲਿਖ ਦਗੇ ਜੀ ਨਹਾਰ ਬਦਲੀ ਇਹ ਬੋਰਡਾਂ ਬਾਡਾਂ ਦੀ ਗੱਲ ਛੱਡੋ ਇੱਥੇ ਕੀ ਲਿਖਿਆ ਜਾਂਦਾ ਗੱਲ ਤਾਂ ਇਹ ਆ ਜੀ ਇੱਥੇ ਲਿਖਿਆ ਜਾਵੇ ਕੁਝ ਇਦਾਂ ਦਾ ਉਦਮ ਕਰਿਆ ਖਰਾ ਹਾਂ ਉਹ ਵੀ ਹਾਜ਼ਰ ਹੈ ਚੰਚ ਦਾ ਵੀ ਚਾਹ ਹਰਮਨ ਜੀ ਕਹਿੰਦੇ ਵੀ ਚੰਦ ਦੇ ਉੱਤੇ ਜ਼ਮੀਨਾਂ ਮਿਲਣ ਲੱਗ ਪਈਆਂ ਬੜੀਆਂ ਬੜੀ ਦੇਰ ਦੀਆਂ ਮਿਲਦੀਆਂ ਨੇ ਮੈਂ ਤਾਂ ਅੱਜ ਖ਼ਬਰ ਪੜ੍ਹੀ ਹੂੰ ਕਹਿੰਦੇ ਵੀ ਚੰਦ ਦੇ ਉੱਤੇ ਜ਼ਮੀਨ ਆ ਜਿਹੜਾ ਟੋਟਾ ਕੱਟ ਕੇ ਦੇ ਦਿੰਦੇ ਆ ਨਹੀਂ ਨਹੀਂ ਐਦਾਂ ਕੱਟ ਕੇ ਘਰੇ ਨਹੀਂ ਫੜਾ ਜਾਂਦੇ ਮਤਲਬ ਉਹਨੂੰ ਕਹਿ ਦਿੰਦੇ ਵੀ ਭਾਈਆ ਤੇਰੇ ਆਲਾ ਪਾਸਾ ਹੈ ਹਾਂਜੀ ਉਹ ਮਤਲਬ ਉਦਾਂ ਹੀ ਉਹ ਕਾਗਜ਼ੀ ਪੱਤਰੀ ਜਿਹਾ ਕੰਮ ਹੋ ਜਾਂਦਾ ਵੀ ਉਹ ਕਹਿ ਦਿੰਦੇ ਵੀ ਚੰਦ ਤੇ ਵੀ ਪਲਾਟ ਲਿਆ ਹੋਇਆ ਚੰਦ ਦੇ ਉੱਤੇ ਪਲਾਟ ਤਾਂ ਚਲੋ ਲੈ ਲਿਆ ਉੱਥੇ ਕੁਝ ਬੀਜ ਨਹੀਂ ਸਕਦੇ ਹੂੰ ਉੱਥੇ ਕੋਈ ਇੱਟਾਂ ਦੇ ਨਾਲ ਚਾਰਦੀਵਾਰੀ ਨਹੀਂ ਕਰ ਸਕਦੇ ਹੂੰ ਉੱਥੇ ਪਰ ਰਹਿ ਨਹੀਂ ਸਕਦੇ ਤੇ ਫਿਰ ਉ ਟੌਰ ਟੌਰ ਵਿੱਚ ਕਰੀ ਕਿਸ ਨੂੰ ਦਿਖਾ ਨਹੀਂ ਚਾਹੁੰਦੇ ਲੈ ਜਾ ਕੇ ਸ਼ੌਂਕ ਅੱਛਾ ਬੰਦਾ ਕਹਿ ਤਾਂ ਸਕਦਾ ਨਾ ਕਿ ਕਿੰਡੀ ਵੱਡੀ ਗੱਲ ਆ ਵੀ ਚੰਨ ਤੇ ਪਲਾਟ ਲਿਆ ਹੋਇਆ ਆਪਾਂ ਹੂੰ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਚੰਨ ਤੇ ਪਲਾਟ ਫਿਰ ਲੈਂਡ ਜੇਬ ਵਿੱਚ ਭਾਂ ਖੜ ਕੇ ਹੂੰ ਹੈ ਕਿ ਨਹੀਂ ਆਪਾਂ ਨਹੀਂ ਲੈ ਸਕਦੇ ਡਾਣਾ ਸਾਹਿਬ ਪਰ ਜਿਹੜੇ ਲੈਂਦੇ ਨੇ ਉਹ ਲੈਂਦੇ ਹੀ ਨੇ ਫਿਰ ਆ ਹੁਣ ਇੱਕ ਮੁੰਡੇ ਨੇ ਆਪਦੇ ਪਾਪੇ ਨੂੰ ਜ਼ਮੀਨ ਲੈ ਕੇ ਦਿੱਤੀ ਆ ਹਾਂਜੀ 3 ਏਕੜ ਜ਼ਮੀਨ ਲੈਤੀ ਉਹਨੇ ਹੂੰ ਉਹ ਕਹਿੰਦਾ ਪਪਾ ਇਸ਼ਾ ਕਰ ਨਹੀਂ ਨਹੀਂ ਇੰਦਾ ਵੀ ਕੋਈ ਗੱਲ ਨਹੀਂ ਐ ਬਸ ਉਹ ਇਹੀ ਐ ਵੀ ਪਾਪਾ ਜੀ ਨੂੰ ਉਹਨਾਂ ਨੇ ਲੈਤੀ ਜ਼ਮੀਨ ਉਹ ਕਹਿੰਦੇ ਵੀ ਇਸ ਪਾਪਾ ਜੀ ਕਹਿਣਗੇ ਮੁੰਡਾ ਕੈਨੇਡਾ ਹਾਂਜੀ ਉਹ ਯਮਨਾ ਨਗਰ ਦਾ ਮੁੰਡਾ ਹਾਂਜੀ ਉਹਨੇ ਬੜਾ ਸੋਚਿਆ ਸੀ ਵੀ ਮੈਂ ਉਹਦੇ ਪਾਪੇ ਨੂੰ ਨਾ ਜ਼ਮੀਨ ਲੈ ਕੇ ਦੇਣੀ ਐ ਉਹਨੇ ਫਿਰ ਚੰਦ ਦੇ ਉੱਤੇ ਜ਼ਮੀਨ ਲੈਤੀ ਆ ਉਹਨਾਂ ਦੇ ਘਰੇ ਕਾਗਜ਼ ਪੱਤਰ ਵੀ ਆ ਗਏ ਬਣ ਕੇ ਸਾਰੇ ਵੀ ਇਧਰਲੇ ਪਾਸੇ ਭਾਈ ਤੁਹਾਡੇ ਵਾਲਾ ਪਲਾਟ ਵਾਹ ਵਾਹ ਠੀਕ ਆ ਹੁਣ ਇਧਰਲੇ ਪਾਸੇ ਦੀ ਰਾਖੀ ਤੁਸੀਂ ਆਪੇ ਕਰਨੀ ਐ ਵੀ ਉੱਥੇ ਕਬਜ਼ੇ ਦਾ ਵੀ ਕੋਈ ਡਰ ਨਹੀਂਗਾ ਹਾਂ ਦੇਖੋ ਸਭ ਤੋਂ ਵੱਡੀ ਚੀਜ਼ ਐ ਮੁੰਡੇ ਦਾ ਨਾਮ ਐ ਆਯੂਸ਼ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਐ ਸੁਭਾਸ਼ ਉਹਨਾਂ ਦੇ ਲਈ ਇਹ ਜ਼ਮੀਨ ਉਹਨੇ ਖਰੀਦੀ ਆ ਤੁਸੀਂ ਨਾ ਪਤਾ ਕਰਿਓ ਵੀ ਕਿੰਨੇ ਕ ਦੀ ਮਿਲਦੀ ਆ ਆਪਾਂ ਵੀ ਮੈਂ ਸੋਚਦਾ ਪੰਜ ਕ ਮਰਲੇ ਲੈ ਕੇ ਰੱਖ ਲਈ ਅੱਛਾ ਹਾਂ ਠੀਕ ਹੋ ਜਣਾ ਸਾਹਿਬ ਨੇ ਪਤਾ ਕੋਈ ਨਹੀਂ ਹੁੰਦਾ ਅੱਛਾ ਜੀ ਇਹ ਕੀ ਪਤਾ ਵੀ ਅਚਾਨਕ ਤਾਂ ਵਸੋਂ ਬਣਨ ਲੱਗ ਜੇ ਤੇ ਕੋਈ ਨਹੀਂ ਕਿਸੇ ਮੈਂਤਰ ਨਾਲ ਕਰ ਲਾਂਗੇ ਵੀ ਆਪਣੇ ਵਾਲੇ ਪਲਾਟ ਚ ਕਿਰਾਏ ਤੇ ਰੱਖ ਲਾਂ ਹਾਂ ਇੰਨੀ ਮਹਿੰਗੀ ਜ਼ਮੀਨ ਆਪਾਂ ਨਹੀਂ ਲੈ ਸਕਦੇ ਟਾ ਸਾਹਿਬ ਉਹ ਨਹੀਂ ਮੈਂ ਸੋਣਿਆ ਸਸਤੀ ਹੈ ਉੱਥੇ ਕਿੰਨੀ ਸਸਤੀ ਇੱਥੋਂ ਨਾਲੋਂ ਸਸਤੀ ਆ ਕਿੰਨੇ ਨੂੰ ਮਿਲਦਾ ਪਲਾਟ ਪਤਾ ਨਹੀਂ ਹੋ ਕੋਈ ਹਜ਼ਾਰਾਂ ਰੁਪਈਆ ਦੇ ਵਿੱਚ ਹੀ ਆ ਜਾਉਣਾ ਤੇ ਫੇਰ ਅੱਜ ਹੀ ਲੇਖਦੇ ਆ ਕੋਈ ਜਿਹਦੀ ਦੁਕਾਨ ਤੇ ਲਿਖਿਆ ਹੋਇਆ ਪਲਾਟ ਹੀ ਪਲਾਟ ਅੱਜ ਹੀ ਸੰਪਰਕ ਕਰੋ ਪੁੱਛਦੇ ਆ ਭਾਈ ਸਾਹਿਬ ਨੂੰ ਹੂੰ ਵੀ ਕਿੰਨੇ ਦਾ ਚੰਨ ਤੇ ਪਲਾਟ ਜੇ ਕਿਤੇ ਮਾੜੀ ਜੀ ਵਸੋਂ ਉੱਥੇ ਬਣ ਜੇ ਨਾ ਤੁਸੀਂ ਕਲੋਨੀਆਂ ਦੇਖੋ ਕਿਵੇਂ ਕੱਟਦੇ ਨੇ ਜਾਇਜ਼ ਮਾਈਨਿੰਗ ਉੱਥੇ ਕਿਵੇਂ ਹੁੰਦੀ ਹੈ ਆਏ ਹਾਏ 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 ਕਲੋਨੀਆਂ ਦੇ ਨਾਂ ਜਿਹੜੇ ਹੋਣਗੇ ਹੂੰ ਨਿਊ ਚੰਨ ਇਨਕਲੇਵ ਨਿਊ ਮੂਨ ਇਨਕਲੇਵ ਹਾਂ ਨਾ ਇਦਾਂ ਦੇ ਨਾਮ ਹੋਣਗੇ ਉੱਥੇ ਮੈਂ ਨਾ ਕਮਾਲ ਹੋ ਜਾਣੀ ਆ ਹਾਂ ਬਸ ਤੁਸੀਂ ਕੋਸ਼ਿਸ਼ ਕਰੋ ਵੀ ਕਾਗਜ਼ੀ ਪੱਤਰੀ ਆਪਾਂ ਕਾਰਵਾਈ ਨੂੰ ਵੇੜ ਦੇਣੀ ਆ ਅੱਜ ਗੂਗਲ ਤੇ ਜਾ ਕੇ ਲੱਭੋ ਵੀ ਭਾਈ ਇਹ ਕਿੰਨੇ ਕੁ ਦੇ ਵਿੱਚ ਮਿਲਦਾ ਮਰਲਾ ਆਪਾਂ ਨਹੀਂ ਲੈ ਸਕਦੇ ਟਾਣਾ ਸਾਹਿਬ ਕਿਉਂ ਉਹ ਨਹੀਂ ਲੈ ਸਕਦੇ ਮਹਿੰਗੀ ਹੋਊਗੀ ਚਲੋ ਫਿਰ ਵੀ ਭਾਈ ਜਿਹੜੇ ਲੋਕ ਲੈਂਦੇ ਆ ਜ਼ਮੀਨ ਜੀ ਉਹ ਭਾਈ ਬਹੁਤ ਵਧੀਆ ਉਹਨਾਂ ਦੀ ਮਰਜ਼ੀ ਆ ਮੰਨ ਦੀ ਖੁਸ਼ੀ ਰੱਖੇ ਅਸਲ 'ਚ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਜਣਾ ਸਾਹਿਬ ਜਦੋਂ ਬੰਦਾ ਕਿਸੇ ਚੀਜ਼ ਦਾ ਸ਼ੌਂਕ ਹੋਵੇ ਨਾ ਜਦੋਂ ਕੁਝ ਵੱਖਰਾ ਕਰਨ ਬਾਰੇ ਸੋਚੇ ਤੂੰ ਉਦੋਂ ਮੈਨੂੰ ਲੱਗਦਾ ਹੈ ਕਿ ਅਕਸਰ ਇਹੋ ਜਿਹੇ ਫੈਸਲੇ ਉਹ ਲੈਂਦਾ ਹੁੰਦਾ ਤੇ ਠੀਕ ਹੈ ਜ਼ਿੰਦਗੀ ਇੱਕ ਵਾਰ ਮਿਲੀ ਹੈ ਤੇ ਇੱਕ ਵਾਰ ਵਧੀਆ ਢੰਗ ਨਾਲ ਜੀ ਲੋ ਬਹੁਤ ਜੇ ਮੰਨ ਲਓ ਉੱਥੇ ਰਿਸ਼ਤੇਦਾਰ ਰਹਿਣ ਲੱਗ ਜਾਣ ਤੇ ਫਿਰ ਇੱਥੋਂ ਵਾਲੇ ਕੀ ਕਰਨ ਉੱਤੇ ਹੀ ਰਹਿੰਦੇ ਆਪਣੇ ਵਾਲੇ ਤਾਂ ਨਾ ਤਾਂ ਸਾਡੀਆਂ ਬੀਬੀਆਂ ਨੇ ਤਾਂ ਦੂਰ ਵੀ ਲਾ ਕੇ ਵੇਖੀ ਜਾਇਆ ਕਰਨਾ ਸੀ ਆ ਵੇਖ ਖਾ ਚਾਚਾ ਘੁੰਮਦਾ ਦੇਖਦਾ ਉੱਤੇ ਕਿ ਨਹੀਂ ਉਹ ਮੈਨੂੰ ਉੱਤੇ ਵਾਲੀ ਗੱਲ ਤੋਂ ਚੇਤੇ ਆ ਗਈ ਕਹਿੰਦੇ ਵੀ ਕਿਸੇ ਦੇ ਘਰ ਦੇ ਵਿੱਚ ਨਾ ਰਾਤ ਨੂੰ ਚੋਰ ਚਲੇ ਗਏ ਹੂੰ ਲੋ ਜੀ ਉਹਨਾਂ ਨੇ ਪੀਪੇ ਪੂਪੇ ਫਰੋਲੇ ਹੂੰ ਕੋਈ ਪੇਟੀ ਪੂਟੀ ਖੋਲੀ ਤੇ ਉਹ ਅਚਾਨਕ ਟੱਬਰ ਦੇ ਇੱਕ ਜੀ ਦੀ ਅੱਖ ਖੁੱਲ ਗਈ ਓਹੋ ਲੋ ਜੀ ਚੋਰਾਂ ਨੇ ਆਖਿਆ ਵੀ ਹੁਣ ਤਾਂ ਇਹ ਉੱਠ ਖੜੇ ਆ ਹੂੰ ਤੇ ਲੁਕ ਗਏ ਇੱਕ ਜਣਾ ਭੱਜ ਕੇ ਬੇਬੇ ਵਾਲੀ ਮੰਜੀ ਦੇ ਥੱਲੇ ਵੜ ਗਿਆ ਹੂੰ ਇੱਕ ਜਣਾ ਪਰਸ਼ਤੀ ਦੇ ਉੱਤੇ ਲੰਮਾ ਪੈ ਗਿਆ ਜੀ ਲੋ ਜੀ ਉਹ ਸਾਰੇ ਜਣੇ ਆਪੋ ਆਪਣੀ ਦਾ ਛਾਪਲ ਕੇ ਪੈ ਗਏ ਲਓ ਜੀ ਬਾਬਾ ਪੁੱਛਦਾ ਬੇ ਬੇਨੂ ਇਹ ਕੌਣ ਆ ਹੂੰ ਇਹ ਖੜ ਕਿਆ ਕਰਾ ਹੂੰ ਉਹ ਕਹਿੰਦੀ ਉੱਤੇ ਵਾਲਾ ਹੀ ਆ ਜਾਣਦਾ ਹੂੰ ਉਹ ਉੱਤੇ ਸੀਗਾ ਜਿਹੜਾ ਚੋਰ ਉਹਨੇ ਆਖਿਆ ਮੇਰਾ ਤਾਂ ਪਤਾ ਲੱਗ ਗਿਆ ਉਹ ਵੀ ਬੋਲਦਾ ਵਾਲਾ ਸੀ ਕਈ ਲੋਕਾਂ ਨੂੰ ਉਹ ਕਹਿੰਦਾ ਮੈਨੂੰ ਕਿਉਂ ਪਤਾ ਕਹਿੰਦਾ ਜਿਹੜਾ ਮੰਜੀ ਥੱਲੇ ਉਹਨੂੰ ਕਿਹੜਾ ਪਤਾ ਨਹੀਂਗਾ ਇਹ ਉੱਤੇ ਵਾਲਾ ਹੀ ਜਾਣਦਾ ਨਹੀਂ ਇਹ ਮੰਜੀ ਦੇ ਥੱਲੇ ਵਾਲਾ ਵੀ ਸਾਰਾ ਕੁਝ ਜਾਣਦਾ ਹਾਂ ਬਸ ਫੇ ਫੈਂਟੇ ਹੋਣੇ ਦੋਵੇਂ ਫੜੇ ਗਏ ਹਾਂ ਛਾਂਗੇ ਫਿਰ ਦੋਵੇਂ ਜਾਣੇ ਜਾਣਗਣੀ ਸੀ ਫਿਰ ਹਾਂ ਇਸੇ ਲਈ ਕਹਦੇ ਥੋੜਾ ਬੋਲੋ ਸਹੀ ਗੱਲ ਆ ਤੇ ਇਸ ਗੱਲ ਦੇ ਉੱਤੇ ਅਮਲ ਕਰੋ ਬਿਲਕੁਲ ਕਰੋ ਜਿੰਨਾ ਵੀ ਕਰ ਸਕਦੇ ਆ ਮਾਦੀ ਹਜ਼ਾਰਾ ਜੱਜ ਦਾ ਵੀ ਚਾਹ ਹਰਮਨਜੀ ਜ਼ਮੀਨਾਂ ਦੇ ਉੱਤੇ ਕਬਜ਼ਾ ਦੀਆਂ ਗੱਲਾਂ ਲਗਾਤਾਰ ਅੱਗੇ ਤੋਂ ਅੱਗੇ ਵਧੀ ਜਾਂਦੀਆਂ ਜੀ ਆ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਭਗਵੰਤ ਮਾਨ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਛਡਵਾਈ ਆ ਜੀ ਉਹਦੇ ਉੱਤੇ ਬੜੀ ਚਰਚਾ ਚੱਲੀ ਆ ਹਾਂਜੀ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਪੁੱਤਰ ਨੇ ਕਬਜ਼ੇ ਦੇ ਵਿੱਚੋਂ ਕਹਿੰਦੇ 125 ਏਕੜ ਜ਼ਮੀਨ ਛਡਵਾਈ ਹੈ ਅੱਛਾ ਜੀ ਉਹਨਾਂ ਨੇ ਅਗੋਏ ਗੱਲ ਕਹੀ ਹੈ ਵੀ ਭਾਈ ਅਸੀਂ ਮਾਨ ਹਾਨੀ ਦਾ ਕੇਸ ਕਰਾਂਗੇ ਕਿਉਂਕਿ ਇਹਨਾਂ ਨੇ ਸਾਡੇ ਮਾਨ ਦੀ ਹਾਨੀ ਕੀਤੀ ਹੈ ਇਹ ਗਲਤ ਦੋਸ਼ ਲਗੇ ਆ ਅੱਛਾ ਜੀ ਉਧਰੋਂ ਜਿਹੜੇ-ਜਿਹੜੇ ਲੋਕਾਂ ਦੇ ਉੱਤੇ ਕਾਰਵਾਈ ਹੋਈ ਆ ਕਿਸੇ ਕੋਲੋਂ 20 ਏਕੜ ਕਿਸੇ ਕੋਲੋਂ 1100 ਏਕੜ ਕਿਸੇ ਕੋਲੋਂ 150 ਏਕੜ ਕਿਸੇ ਕੋਲੋਂ ਕਿੰਨੀ ਕਿਸੇ ਕੋਲ ਕਿੰਨੀ ਛਡਵਾਈ ਆ ਉਹਨਾਂ ਦੇ ਵਿੱਚੋਂ ਕਈ ਕਹਿੰਦੇ ਵੀ ਭਾਈ ਤੱਕਾ ਹੋ ਗਿਆ ਸਾਡੇ ਨਾਲ ਦੇਖੋ ਗੱਲ ਇਹ ਹੈ ਟਾਣਾ ਸਾਹਿਬ ਵੀ ਇਹ ਤਾਂ ਕਾਨੂੰਨ ਨੇ ਫੈਸਲਾ ਕਰਨਾ ਵੀ ਤੱਕਾ ਹੋਇਆ ਹੈ ਕਿ ਨਹੀਂ ਹੋਇਆ ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਕੁਲਦੀਪ ਸਿੰਘ ਢਾਲੀਵਾਲ ਹੋਣੀ ਬਹੁਤ ਜ਼ਿਆਦਾ ਸਰਗਰਮ ਨੇ ਉਹ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਨੇ ਔਰ ਬਹੁਤ ਸਾਰੀਆਂ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਆਈਆਂ ਨੇ ਕਿ ਉਹਨਾਂ ਨੇ ਨਜਾਇਜ਼ ਕਬਜ਼ੇ ਜਿਹੜੇ ਆ ਉਹ ਛਡਾਇਆ ਹਾਂ ਕਿਸੇ ਦੇ ਨਾਲ ਜ਼ਿਆਤੀ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਕਿ ਵਾਹ ਵਾਹ ਹੀ ਖੱਟਣ ਦੇ ਚੱਕਰ ਦੇ ਵਿੱਚ ਕਿਸੇ ਦੇ ਨਾਲ ਨਜਾਇਜ਼ੀ ਤੁਸੀਂ ਜ਼ਿਆਤੀ ਕਰਦੇ ਰਹੋ ਵੀ ਉਹ ਬੰਦਾ ਜਿਹੜਾ ਵਾਕਈ ਮਾਲਕ ਹੋਵੇ ਤਾਂ ਆਪਾਂ ਕਹੇ ਵੀ ਨਹੀਂ 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 ਇਹਨੇ ਕਬਜ਼ਾ ਕੀਤਾ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਪਰ ਜੇਕਰ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਨੇ ਤਾਂ ਉਹ ਕਬਜ਼ੇ ਛੁੱਟਣੇ ਚਾਹੀਦੇ ਨੇ ਲੋਕ ਹਟਦੇ ਵੀ ਨਹੀਂਗੇ ਜੀ ਕਈ ਥਾਵਾਂ ਤੇ ਅੱਖੀਂ ਦੇਖਦੇ ਆ ਵੀ ਲੋਕ ਵਾਟੀ ਵੱਡੀ ਜਾਣਗੇ ਬਈ ਯਾਰ ਵੱਟ ਵੱਡ ਵੱਡ ਕੇ ਤੁਸੀਂ ਕਿਹੜੇ ਇੱਥੇ ਮਹਿਲਾਂ ਦੇ ਮਾਲਕ ਬਣ ਜਾਣਾ ਟਾਣਾ ਸਾਹਿਬ ਇਆਂ ਨੂੰ ਆਰਤ ਹੁੰਦੀ ਆ ਵੀ ਵੱਟਾਂ ਖੁਰਚ ਖੁਰਚ ਕੇ ਆਪਦੇ ਵਾਲੇ ਪਾਸੇ ਨੂੰ ਘਰੀ ਚੱਲੋ ਆਏ ਹੈ ਇੱਕ ਇੱਕ ਇੰਚ ਪਿੱਛੇ ਤਾਂ ਲੜ ਪੈਂਦੇ ਨੇ ਤੁਸੀਂ ਵੇਖੋ ਵੀ ਰੂੜੀ ਖਲਾਰ ਖਲਾਰ ਕੇ ਅੱਧੀ ਸੜਕ ਮੱਲੀ ਹੁੰਦੀ ਆ ਉਹਦੇ ਚ ਕਿਹੜਾ ਪਲਾਟ ਕੱਟ ਹੋਣਾ ਹੁੰਦਾ ਪਰ ਨਹੀਂ ਸਾਨੂੰ ਆਪਣੇ ਆਪ ਨੂੰ ਤਸੱਲੀ ਨਹੀਂ ਹੁੰਦੀ ਜਦ ਤਈ ਅਸੀਂ ਕਬਜ਼ਾ ਨਾ ਕਰ ਲਈਏ ਆ ਤਾਂ ਤਾਂ ਆਪਣੀਆਂ ਹੀ ਪਾਈਆਂ ਹੋਈਆਂ ਨਾ ਹੋਰ ਨਹੀਂ ਕੁਝ ਤਾਂ ਕੂੜਾ ਹੀ ਛੋਟ-ਛੋਟ ਕੇ ਢੇਰ ਲਾਈ ਜਾਵਾਂਗੇ ਹਨਾ ਤੇ ਮੁੜ ਕੇ ਜਦੋਂ ਕੋਈ ਪੁੱਛਣ ਦਾ ਸੌਂਦਾ ਇਹ ਤਾਂ ਸਾਡੀ ਜ਼ਮੀਨ ਹੀ ਹੈ ਉਹ ਮਿੰਟਲ ਆਪਣੀ ਹੋ ਜਾਂਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੀ ਨਿਭਾਉਣੀਆਂ ਸ਼ੁਰੂ ਕਰਗੇ ਜੀ ਇਕੱਲੇ ਹੱਕਾਂ ਹੱਤਾਂ ਹੱਕਾਂ ਦੀ ਗੱਲ ਨਾ ਕਰੋ ਆਪਦੀਆਂ ਜ਼ਿੰਮੇਵਾਰੀਆਂ ਦੀ ਗੱਲ ਵੀ ਕਰੋ ਫਰਜ਼ ਵੀ ਹੱਕ ਤੁਹਾਨੂੰ ਮਿਲਣੇ ਚਾਹੀਦੇ ਆ ਤੇ ਹੱਕਾਂ ਦੇ ਵਾਸਤੇ ਲੜਨਾ ਚਾਹੀਦਾ ਪਰ ਫਰਜ਼ਾਂ ਦੀ ਲੜਾਈ ਵੀ ਲੜਨੀ ਚਾਹੀਦੀ ਵੀ ਆਹ ਮੇਰੇ ਫਰਜ਼ ਆ ਮੈਂ ਇਹ ਵੀ ਨਿਭਾਉਣੇ ਆ ਆਪਾਂ ਫਰਜ਼ ਵੇਲੇ ਕਹਿੰਦੇ ਨੇ ਫਲਾਣਾ ਨਿਭਾਵੇ ਤੇ ਹੱਕ ਵੇਲੇ ਕਹਦੇ ਨੇ ਸਭ ਤੋਂ ਪਹਿਲਾਂ ਮੇਰੇ ਤੋਂ ਸ਼ੁਰੂਆਤ ਹੋਵੇ ਇਹ ਵੀ ਗੱਲਾਂ ਸੋਚੋ ਜੀ ਬਿਲਕੁਲ ਸਹੀ ਹੈ ਅਸੀਂ ਆਪਣੇ ਫਰਜ਼ ਪਛਾਣੀਏ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਧਰਤੀ ماں ਨੂੰ ਗੰਦਾ ਨਾ ਹੋਣ ਦਈਏ ਸਾਡਾ ਫਰਜ਼ ਹੈ ਪੀਣ ਵਾਲਾ ਪਾਣੀ ਅਸੀਂ ਪਲੀਤ ਨਾ ਕਰੀਏ ਇਹ ਸਾਡਾ ਫਰਜ਼ ਹੈ ਵਾਤਾਵਰਨ ਅਸੀਂ ਸ਼ੁੱਧ ਰੱਖੀਏ ਇਹ ਸਾਡਾ ਫਰਜ਼ ਹੈ ਕਿ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਉਹਨਾਂ ਨੂੰ ਨਿਭਾਈਏ ਇਹ ਸਾਡਾ ਫਰਜ਼ ਹੈ ਕਿ ਅਸੀਂ ਹਮੇਸ਼ਾ ਚੰਗਾ ਹੀ ਸੋਚੀਏ ਆਪਣੇ ਮੁਲਕ ਪ੍ਰਤੀ ਵੀ ਆਪਣੀ ਧਰਤੀ ਪ੍ਰਤੀ ਵੀ ਔਰ ਆਪਣੇ ਆਪ ਦੇ ਪ੍ਰਤੀ ਵੀ ਤਾਂ ਹੀ ਸਾਰਾ ਕੁਝ ਹੋਵੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਜਾਣ ਦਾ ਵੇਲਾ ਹੋ ਗਿਆ